ਪਰਮਿੰਦਰ ਜੀ, ਤੁਹਾਨੂੰ ਕਿਤੇ ਨਾ ਕਿਤੇ ਹੁਣ ਜਿੱਦਾਂ ਗਵਰਨਮੈਂਟ ਨੇ ਵੀ ਕਿਤੇ ਕਹਿ ਦਿੱਤਾ ਕਿ ਜਿੱਦਾਂ ਪਹਿਲੇ ਪੰਜਾਬੀ ਜਾਂ ਗੁਜਰਾਤੀ ਸੀਗੀ ਜੀ, ਠੀਕ ਹੈ, ਇਹ ਏ ਲੈਵਲਸ ਜਾਂ ਜੀ ਸੀ ਐੱਸ ਈਜ਼ 'ਤੇ ਬੱਚੇ ਪੜ੍ਹ ਸਕਦੇ ਸੀਗੇ, ਪਰ ਹੁਣ ਜਿਹੜੀ ਕੋਲੀਸ਼ਨ ਗਵਰਨਮੈਂਟ ਦੀ ਜਿਹੜੀ ਰੂਲਿੰਗ ਆ ਰਹੀ ਹੈ ਉਸ 'ਚੋਂ ਕਹਿ ਰਹੇ ਨੇ ਕਿ ਜਿਹੜੀ ਪੰਜਾਬੀ ਗੁਜਰਾਤੀ ਹੈਗੀ ਹੈ ਇਹਨਾਂ ਨੇ ਏ ਲੈਵਲਸ ਜਾਂ ਜੀ ਸੀ ਐੱਸ ਈ ਤੋਂ ਕੱਢ ਦੇਣੀ ਹੈ। ਸਰਦਾਰ ਗੁਰਜੀਤ ਸਿੰਘ ਗਿੱਲ ਨੇ ਪਿਛਲੇ ਸਾਲ ਪਟੀਸ਼ਨ ਕੱਢੀ ਸੀਗੀ, ਉਸ 'ਚੋਂ ਅਸੀਂ ਕੀ ਕਹਿੰਦੇ ਹੈ ਘੱਟੋ ਘੱਟ ਮੇਰੇ ਖਿਆਲ ਇਫ ਆਮ ਨੋਟ ਮਿਸਟੇਕਨ ਓਵਰ 30,000 ਸੀਖਸ ਸਾਈਨ ਦ ਪਟੀਸ਼ਨ ਅਤੇ ਸਾਨੂੰ ਇੱਕ ਸਾਲ ਦੀ ਐਕਸਟੈਂਸ਼ਨ ਮਿਲ ਗਈ ਸੀਗੀ। ਹੁਣ ਇਹ ਹੈਗਾ ਕਿ 2017 ਤੱਕ ਉਹ ਪਟੀਸ਼ਨ ਚੱਲ ਰਹੀ ਹੈਗੀ ਹੈ, ਤਾਂ ਮੈਂ ਆਪਣੇ ਵਿਊਅਰਸ ਨੂੰ ਕੀ ਕਹਿੰਦੇ ਰਿਕੁਐਸਟ ਕਰਾਂਗੀ ਕਿ ਪਲੀਜ਼ ਪਟੀਸ਼ਨ ਸਾਈਨ ਕਰੋ ਕਿ ਇਹ ਜਿਹੜੀ ਸਾਡੀ ਪੰਜਾਬੀ ਹੈਗੀ ਹੈ ਇਹ ਏ ਲੈਵਲਸ ਜਾਂ ਜੀ ਸੀ ਐੱਸ ਈ ਕਰੀਕੁਲਮ ਤੋਂ ਨਾ ਕੱਢੀ ਜਾਏ। ਇਹਦੇ ਵਿੱਚ ਤਾਂ ਜਿਹੜਾ ਕਿ ਤੁਸੀਂ ਇਹ ਬਹੁਤ ਹੀ ਇੰਪੋਰਟੈਂਟ ਹੈਗਾ ਆ ਸਾਡੇ ਲਈ, ਅਗਰ ਇਹ ਸਾਡੇ ਤੋਂ ਹਟ ਗਈ, ਕਿਉਂਕਿ ਅਸੀਂ ਪਹਿਲਾਂ ਤਾਂ ਬੱਚਿਆਂ ਨੂੰ ਘਰ ਵਿੱਚ ਨਹੀਂ ਬੋਲ ਰਹੇ ਪੰਜਾਬੀ। ਉਹਦਾ ਕੀ ਰੀਜ਼ਨ ਹੈ, ਤੁਹਾਨੂੰ ਕੀ ਲੱਗਦਾ ਕਿ ਮੈਂ ਸੋਰੀ ਪਰਮਿੰਦਰ ਜੀ ਤੁਹਾਨੂੰ ਇੱਥੇ ਕੱਟ ਕੀਤਾ, ਮੈਂ ਆਪਣੇ ਵਿਊਅਰਸ ਨੂੰ ਵੀ ਰਿਕੁਐਸਟ ਕਰਾਂਗੀ ਪਲੀਜ਼ ਕਮ ਫੋਰਵਰਡ ਔਨ ਅ ਕਾਲ ਲਾਈਵ ਐਂਡ ਸ਼ੇਅਰ ਯੋਰ ਐਕਸਪੀਰੀਅੰਸਿਸ ਐਂਡ ਐਕਸਪ੍ਰੈਸ ਯੋਰ ਵਿਊਜ਼, ਵਾਟ ਯੂ ਹੈਵ ਟੂ ਸੇ, ਹਾਓ ਇੰਪੋਰਟੈਂਟ ਇਟ ਇਜ਼ ਟੂ ਸਪੀਕ ਪੰਜਾਬੀ ਵਿਦ ਆਰ ਚਿਲਡਰਨ, ਇਜ਼ ਇਟ ਔਰ ਇਜ਼ ਇਟ ਨੋਟ। ਹਾਂਜੀ ਜੀ, ਇਹ ਇੰਪੋਰਟੈਂਟ ਤਾਂ ਬਹੁਤ ਜ਼ਿਆਦਾ ਆ, ਕਿਉਂਕਿ ਜਿੱਦਾਂ ਤੁਸੀਂ ਕਿਹਾ ਕਿ ਏ ਲੈਵਲ ਦੇ ਵਿੱਚ ਜਿਹੜੇ ਏ ਲੈਵਲ ਦੇ ਜਿਹੜੇ ਜੀ ਸੀ ਐੱਸ ਈ ਦੇ ਵਿੱਚ ਜਿਹੜੇ ਉਹ ਸਟੋਪ ਕਰਨ ਜਾ ਰਹੇ ਆ, ਅਗਰ ਅਸੀਂ ਘਰ ਵਿੱਚ ਵੀ ਨਹੀਂ ਬੋਲੂਗੇ ਅਤੇ ਅਸੀਂ ਅੱਗੇ ਜਾ ਕੇ ਵੀ ਸਾਨੂੰ ਬੱਚਿਆਂ ਨੂੰ ਕੋਈ ਮੌਕਾ ਨਹੀਂ ਮਿਲੂਗਾ ਸਕੂਲਾਂ ਦੇ ਵਿੱਚ, ਅਤੇ ਉਹ ਫਿਰ ਤਾਂ ਸਾਡੀ ਸਭ ਕੁਛ ਚੱਲ ਗਿਆ, ਕਿਉਂਕਿ ਬੱਚੇ ਤਾਂ ਫਿਰ ਇੱਥੇ ਜਿਹੜਾ ਕਲਚਰ ਆ ਉਹ ਤਾਂ ਅੱਗੇ ਅਪਣਾ ਰਹੇ ਆ, ਥੋੜ੍ਹਾ ਬਹੁਤਾ ਪੰਜਾਬੀ ਬੋਲੂਗੇ ਘਰ ਦੇ ਵਿੱਚ, ਇਹ ਪੰਜਾਬੀ ਜਿਹੜੀ ਬੋਲ ਨਹੀਂ ਰਹੇ ਉਹਦਾ ਰੀਜ਼ਨ ਇਹ ਆ ਕਿ ਸਾਡੇ ਜਿਹੜੇ ਅੱਜ ਕੱਲ੍ਹ ਦੀ ਯੰਗ ਜਨਰੇਸ਼ਨ ਆ ਸਪੈਸ਼ਲੀ ਉਹ ਘਰਾਂ 'ਚ ਨਹੀਂ ਬੋਲਦੀ, ਕਿਉਂਕਿ ਉਹ ਜਿਹੜਾ ਇਹਦਾ ਜਿਹੜਾ ਵੈਸਟਰਨ ਕਲਚਰ ਆ ਉਹਨੂੰ ਜ਼ਿਆਦਾ ਪਿਕਅਪ ਕਰ ਰਹੇ ਆ। ਪਰਮਿੰਦਰ ਜੀ, ਅਸੀਂ ਜਿੱਦਾਂ ਮੈਨੂੰ ਲੱਗਦਾ ਕਿ ਸੋਰੀ ਮੈਂ ਕੱਟ, ਅਸੀਂ ਇੰਨਾ ਇੰਟੀਗ੍ਰੇਟ ਕਰ ਗਏ ਹਾਂ ਇਸ ਵੈਸਟਰਨ ਸੋਸਾਇਟੀ ਦੇ ਅੰਦਰ, ਵਿਚ ਇਜ਼ ਨੋਟ ਅ ਬੈਡ ਥਿੰਗ, ਠੀਕ ਹੈ, ਇੰਟੀਗ੍ਰੇਸ਼ਨ ਇਜ਼ ਗੁੱਡ, ਠੀਕ ਹੈ, ਵੀਵ ਲਰਨਡ ਦੇਅਰ ਲੈਂਗੁਏਜ। ਕਦੇ ਤੁਸੀਂ ਇਹ ਨਹੀਂ ਦੇਖਿਆ ਹੋਣਾ ਕਿ ਜਿੱਦਾਂ ਆਪਣੇ ਬਜ਼ੁਰਗ ਪਹਿਲਾਂ ਤੋਂ ਆਏ, ਦੇ ਜੈਲਡ ਇਨ ਵੈਲ, ਦੇ ਸਪੀਕ ਵੈਲ, ਠੀਕ ਹੈ, ਪਰ ਕਿਤੇ ਨਾ ਕਿਤੇ ਇਹ ਲੱਗਦਾ ਕਿ ਜਦ ਪੰਜਾਬੀ ਦੀ ਗੱਲ ਆਉਂਦੀ ਹੈ ਉਹ ਸਾਡੇ ਲੋਕਾਂ ਦੇ ਅੰਦਰ ਹੁਣ ਪੇਸ਼ੈਂਸ ਨਹੀਂ ਰਹਿ ਗਈ ਬੱਚਿਆਂ ਨੂੰ ਸਿਖਾਉਣ ਲਈ, ਪੇਸ਼ੈਂਸ ਵੀ ਨਹੀਂ ਰਹਿ ਗਈ, ਕਿਉਂਕਿ ਜਿਹੜੇ ਪਹਿਲੇ ਬਜ਼ੁਰਗ ਆਏ ਸੀ ਦੇਖੋ ਉਹਨਾਂ ਦੇ ਬੱਚੇ ਸਾਰੇ ਬਹੁਤ ਵਧੀਆ ਪੰਜਾਬੀ ਬੋਲਦੇ, ਉਹ ਸਾਡੀ ਯੰਗ ਜਿਹੜੀ ਸੈਕਿੰਡ ਜਨਰੇਸ਼ਨ ਆ ਉਹਦੇ ਵਿੱਚ ਜਿਹੜੇ ਤਾਂ ਆਏ ਆ ਪਹਿਲਾਂ ਜਿਨ੍ਹਾਂ ਦੇ ਪੇਰੈਂਟਸ ਬਹੁਤੇ ਐਜੂਕੇਟਡ ਨਹੀਂ ਸੀ, ਉਹਨਾਂ ਦੇ ਘਰਾਂ ਵਿੱਚ ਬਹੁਤ ਵਧੀਆ ਪੰਜਾਬੀ ਬੋਲੀ ਜਾਂਦੀ ਸੀ, ਉਹ ਤਾਂ ਅਜੇ ਵੀ ਆਪਣੇ ਬੱਚਿਆਂ ਨੂੰ ਉਹ ਪੰਜਾਬੀ ਉਹਨਾਂ ਦੇ ਘਰਾਂ 'ਚ ਬੋਲਦੇ ਆ ਬੱਚੇ, ਕਿਉਂਕਿ ਅਸੀਂ ਮਿਲਦੇ ਹਾਂ ਕਈ ਲੋਕਾਂ ਨੂੰ ਬਹੁਤ ਵਧੀਆ ਬੋਲਦੇ, ਕਿਉਂਕਿ ਜਿਹੜੇ ਥੋੜ੍ਹੇ ਜਿਹੇ ਪੜ੍ਹ ਕੇ ਆਏ ਆ ਉਹਨਾਂ ਨੇ ਆਪਣੇ ਬੱਚਿਆਂ ਨੂੰ ਪੰਜਾਬੀ ਨਹੀਂ ਬੋਲੀ ਜਾਂ ਉਹ ਹਿੰਦੀ ਬੋਲਦੇ ਸੀ ਜਾਂ ਪੰਜਾਬੀ ਨਹੀਂ ਬੋਲੀ, ਉਹਨਾਂ ਦੇ ਅੱਗੇ ਜਿਹੜੇ ਬੱਚੇ ਉਹ ਆਪਣੇ ਬੱਚਿਆਂ ਨੂੰ ਦੇ ਨਾਲ ਪੰਜਾਬੀ ਬੋਲਦੇ ਨੇ, ਕਿਉਂਕਿ ਇਹਦੇ ਵਿੱਚ ਇਹ ਵੀ ਗੈਪ ਆਇਆ ਕਿ ਅਸੀਂ ਜਿਹੜੇ ਬੱਚੇ ਅੱਜ ਕੱਲ੍ਹ ਉਹ ਜੁਆਇੰਟ ਫੈਮਿਲੀ ਦੇ ਵਿੱਚ ਰਹਿਣਾ ਨਹੀਂ ਚਾਹੁੰਦੇ, ਜਿਹੜੇ ਬੱਚੇ ਆਪਣੇ ਗ੍ਰੈਂਡ ਪੇਰੈਂਟਸ ਦੇ ਨਾਲ ਰਹਿ ਰਹੇ ਆ ਉਹ ਬੱਚੇ ਤੁਸੀਂ ਦੇਖੋਗੇ ਸਾਰੇ ਪੰਜਾਬੀ, ਤਕਰੀਬਨ 95% ਬੱਚੇ ਪੰਜਾਬੀ ਬੋਲਦੇ ਆ। ਜਿੱਦਾਂ ਕੀ ਕਹਿੰਦੇ ਆ ਯੂਕੇ ਦੀ ਪ੍ਰੋਬਲਮ ਨਹੀਂ ਹੈਗੀ, ਜਿੱਦਾਂ ਮੇਰੀ ਫੈਮਿਲੀ ਆਸਟ੍ਰੇਲੀਆ ਹੈਗੀ ਹੈ, ਸਾਡੀ ਫੈਮਿਲੀ ਕੈਨੇਡਾ ਵੀ ਹੈਗੀ ਹੈ, ਅਮੈਰੀਕਾ ਵੀ ਹੈਗੀ, ਸਾਰੇ ਇਹ ਪ੍ਰੋਬਲਮ ਐਕਸਪੀਰੀਅੰਸ ਕਰ ਰਹੇ ਨੇ ਇਸ ਟਾਈਮ ਤੇ। ਇਹਦੇ ਵਿੱਚ ਜਿੱਦਾਂ ਕਹਿੰਦੇ ਹੁੰਦੇ ਨਾ ਕਿ ਜਿਹੜੇ ਜੜ ਨੂੰ ਫੜਨਾ ਚਾਹੀਦਾ ਆ, ਜਿੱਦਾਂ ਜੜ ਤੇ ਇਹੀ ਆ ਕਿ ਜਦੋਂ ਤੁਸੀਂ ਘਰਾਂ ਤੋਂ ਪਹਿਲਾਂ ਬੋਲੂਗੇ, ਪਹਿਲਾਂ ਸ਼ੁਰੂ ਕਰੂੰਗੇ, ਜਦੋਂ ਬੱਚਾ ਆਪਾਂ ਕਹਿ ਦਿੰਦੇ ਕਿ ਕਈ ਵਾਰੀ ਗੱਲ ਹੁੰਦੀ ਆ ਘਰਾਂ ਦੇ ਵਿੱਚ ਜੇ ਅਸੀਂ ਕਹਿੰਦੇ ਹਾਂ ਨਾ ਤੁਸੀਂ ਪੰਜਾਬੀ ਬੋਲੋ ਬੱਚੇ ਦੇ ਨਾਲ, ਮੋਸਟਲੀ ਜਿਹੜੇ ਯੰਗ ਹੈਗੇ ਆ ਚਿਲਡਰਨ ਉਹ ਕਹਿੰਦੇ ਇਹ ਸਮਝ ਨਹੀਂ ਰਹੇ ਅਸੀਂ ਕਿਉਂ ਬੋਲਣੀ ਆ, ਇਹ ਗਲਤ ਆ। ਅਗਰ ਤੁਸੀਂ ਬੱਚੇ ਦੇ ਨਾਲ ਬੋਲੂਗੇ ਹਰ ਰੋਜ਼, ਉਹਦੇ ਵਿੱਚ 1-2-3 ਜਿਹੜੇ ਲਫ਼ਜ਼ ਆ ਹਰ ਰੋਜ਼ ਬੱਚਾ ਪਿਕਅਪ ਕਰਦਾ ਇਹ, ਕਿਉਂਕਿ ਜਿਹੜੇ ਪਹਿਲਾਂ ਆਏ ਸੀ ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਗੱਲ ਕੀਤੀ ਆ ਕਿ ਜਿਹੜੇ ਸਾਰੀ ਫੈਮਿਲੀ ਪਹਿਲਾਂ ਆਈਆਂ ਸੀ ਉਹਨਾਂ ਦੇ ਬੱਚੇ ਵੀ ਇੱਥੇ ਇੰਗਲਿਸ਼ ਸਕੂਲਾਂ 'ਚ ਹੀ ਜਾਂਦੇ ਸੀ, ਇੱਥੇ ਪੜ੍ਹਦੇ ਸੀ, ਅਗਰ ਉਹ ਬੱਚੇ ਸਿੱਖ ਸਕਦੇ ਆ ਤਾਂ ਅੱਜ ਕੱਲ੍ਹ ਦੀ ਜਿਹੜੀ ਜਨਰੇਸ਼ਨ ਹੈ ਕਿਉਂ ਨਹੀਂ ਸਿੱਖ ਸਕਦੀ। ਮੇਰੀ ਇਹ ਵੀ ਇੱਕ ਤਰ੍ਹਾਂ ਦੀ ਮੈਨੂੰ ਕਦੇ ਕਦੇ ਲੱਗਦਾ ਕਿ ਜਿੱਦਾਂ ਅਸੀਂ ਇੰਡੀਆ 'ਚ ਪੱਲੇ ਬੜੇ, ਠੀਕ ਹੈ, ਸਾਡਾ ਇੰਨਾ ਫੋਕਸ ਨਹੀਂ ਸੀਗਾ ਕਿ ਦੋ ਵੀ ਵੈਂਟ ਟੂ ਗੁੱਡ ਸਕੂਲਸ, ਸਾਡੀ ਜਿਹੜੀ ਐਜੂਕੇਸ਼ਨ ਸੀਗੀ ਸਾਨੂੰ ਇੰਗਲਿਸ਼ ਉਸ ਲੈਵਲ 'ਤੇ ਸਿਖਾਈ ਗਈ, ਠੀਕ ਹੈ, ਕਿ ਸਾਡੇ ਕੋਲ ਬੈਸਟ ਆਫ ਬੋਥ ਵਰਲਡ ਸੀਗਾ, ਅਸੀਂ ਪੰਜਾਬੀ ਵੀ ਲਿਖ ਪੜ੍ਹ ਸਕਦੇ ਹਾਂ ਤਾਂ ਜਿੱਦਾਂ ਅਸੀਂ ਇੰਗਲਿਸ਼ ਵੀ ਲਿਖ ਪੜ੍ਹ ਸਕਦੇ ਹਾਂ, ਪਰ ਮੈਨੂੰ ਕਿੱਥੇ ਨਾ ਕਿੱਥੇ ਲੱਗਦਾ ਕਿ ਕਿਉਂਕਿ ਅਸੀਂ ਪੰਜਾਬੀ ਲਿਖ ਪੜ੍ਹ ਸਕਦੇ ਹਾਂ, ਅਸੀਂ ਬਾਣੀ ਨਾਲ ਫਿਰ ਵੀ ਜੁੜੇ ਹੋਏ ਹਾਂ, ਅਸੀਂ ਆਪਣੀ ਜਿਹੜੀ ਕੀ ਕਹਿੰਦੇ ਹੈ ਜਿੱਦਾਂ ਹੋ ਗਿਆ ਕਿ ਅਸੀਂ ਪਾਠ ਕਰ ਸਕਦੇ ਹਾਂ,
ਠੀਕ ਹੈ ਅਸੀਂ ਆਪਣੇ ਆਪ ਨੂੰ ਜ਼ਿਆਦਾ, ਮੈਨੂੰ ਇਹ ਲੱਗਦਾ ਕਿ ਕਿੱਥੇ ਨਾ ਕਿੱਥੇ ਅੱਗੇ ਜਾ ਕੇ ਜਿਹੜੀ ਸਾਡੀ ਅੱਗੇ ਜਨਰੇਸ਼ਨਸ ਆ ਰਹੀਆਂ ਨੇ, ਜਿਹੜੇ ਸਾਡੇ ਬੱਚੇ ਅੱਗੇ ਇੱਥੇ ਆਊਟਸਾਈਡ ਇੰਡੀਆ ਪਲ ਜਾਂ ਵੜ ਰਹੇ ਨੇ, ਉਹ ਇੰਨਾ ਪੰਜਾਬੀ ਲਿਖਣ ਜਾਂ ਕੀ ਕਹਿੰਦੇ ਪੜ੍ਹਨ 'ਚ ਨਹੀਂ ਇੰਟਰਸਟਿਡ. ਠੀਕ ਹੈ, ਬੋਲ ਤਾਂ ਲੈਂਦੇ ਨੇ ਉਹਦੇ ਵਿੱਚ. ਹਾਂਜੀ, ਉਹਦੇ ਵਿੱਚ ਵੀ ਇਹੀ ਰੀਜ਼ਨ ਹੈਗਾ, ਕਿਉਂਕਿ ਜਿਹੜੇ ਪਹਿਲਾਂ ਇਹ ਵੀ ਸੀ ਨਾ, ਪਹਿਲਾਂ ਲੋਕ ਜਿਹੜੇ ਹੁੰਦੇ ਸੀ, ਜਿਹੜੀਆਂ ਸਪੈਸ਼ਲੀ ਜਿਹੜੀਆਂ ਔਰਤਾਂ ਸੀ, ਉਹ ਕੰਮ ਨਹੀਂ ਸੀ ਕਰਦੀਆਂ ਘਰਾਂ ਵਿੱਚ. ਅਸੀਂ ਬੱਚਿਆਂ ਦੀ ਪਰਵਰਿਸ਼ ਕਰਨੀ, ਉਹਨਾਂ ਨੂੰ ਲੈ ਕੇ ਜਾਣਾ, ਗੁਰਦੁਆਰੇ ਵੀ ਲੈ ਕੇ ਜਾਣਾ. ਪੰਜਾਬੀ ਪਹਿਲਾਂ ਸਿਖਾਉਂਦੇ ਸੀ ਬੱਚੇ, ਬਹੁਤ ਅਸੀਂ ਜਾਣਦੇ ਜਿਹੜੇ ਪਹਿਲਾਂ ਗੁਰਦੁਆਰੇ ਵਿੱਚ ਜਾ ਕੇ ਪੰਜਾਬੀ ਜਿਹਨਾਂ ਨੇ ਸਿੱਖੀ, ਅੱਜ ਵੀ ਸਿੱਖ ਰਹੇ ਆ. ਉਹਦੇ ਵਿੱਚ ਇਹ ਆ ਕਿ ਜਿਹੜੀਆਂ ਸਾਨੂੰ ਥੋੜ੍ਹੀ ਮਿਹਨਤ ਕਰਨ ਦੀ ਜ਼ਰੂਰਤ ਆ, ਸਾਡੇ ਕੋਲ ਟਾਈਮ ਦੀ ਜ਼ਰੂਰਤ ਆ. ਅਗਰ ਅਸੀਂ ਵੀਕਐਂਡ 'ਤੇ ਕੰਮ ਜਿਹੜੇ, ਇਹ ਵੀ ਮਜਬੂਰੀ ਆ, ਤੁਹਾਡੇ ਕੋਲ ਘਰ ਆ, ਤੁਸੀਂ ਘਰ ਵਿੱਚ ਲਾਉਣੇ ਆ, ਲੇਕਿਨ ਇਹ ਜਿਹੜਾ ਪਹਿਲਾ ਸਟੈਪ ਆ, ਇਹ ਪਹਿਲਾ ਸਟੈਪ ਬਹੁਤ ਇੰਪੋਰਟੈਂਟ ਆ ਕਿ ਆਪਣੇ ਬੱਚੇ ਨੂੰ ਤੁਸੀਂ ਗੁਰਦੁਆਰਿਆਂ ਦੇ ਵਿੱਚ, ਹੋਰ ਵੀ ਕਈ ਕਮਿਊਨਿਟੀ ਸੈਂਟਰਾਂ ਦੇ ਵਿੱਚ. ਮੈਨੂੰ ਇੱਦਾਂ ਲੱਗਦਾ ਪਰਮਿੰਦਰ ਜੀ, ਠੀਕ ਹੈ ਉਹ ਰਿਸੋਰਸਿਸ ਤਾਂ ਅਵੇਲੇਬਲ ਹੈ ਜੀ, ਪਰ ਕੀ ਕਹਿੰਦੇ ਅੱਜ ਕੱਲ੍ਹ ਦੇ ਜਿਹੜੇ ਲਾਈਫ ਸਟਾਈਲਸ ਹੈ, ਇੰਨਾ ਲੈਕ ਆਫ ਟਾਈਮ ਹੈ ਇੱਕ ਕਪਲ ਕੋਲ. ਕੀ ਕਹਿੰਦੇ, ਇੱਕ ਤਾਂ ਨਿਊਕਲੀਅਰ ਫੈਮਲੀਜ਼ ਹੋ ਗਈਆਂ ਨੇ, ਠੀਕ ਹੈ, ਉਹ ਜਿਹੜਾ ਤੁਸੀਂ ਕਿਹਾ ਕਿ ਜੁਆਇੰਟ ਫੈਮਿਲੀ ਸਿਸਟਮ ਸੀਗਾ, ਜੇ ਪੇਰੈਂਟਸ ਕੋਲ ਟਾਈਮ ਨਹੀਂ ਸੀਗਾ, ਉਹ ਜਿਹੜੇ ਗ੍ਰੈਂਡ ਪੇਰੈਂਟਸ ਸੀਗੇ ਉਹ ਸਿਖਾ ਦਿੰਦੇ ਸੀ, ਜਾਂ ਘਰ 'ਚ, ਕਿਉਂਕਿ ਐਕਸਟੈਂਡਡ ਫੈਮਿਲੀ ਸਿਸਟਮ ਸੀਗਾ, ਜੇ ਚਾਚੇ ਤਾਏ ਮਾਮੇ ਮਾਸੀਆਂ ਨਾਲ ਹੋਣਾ, ਬੱਚਿਆਂ ਨੇ ਵਰਡਸ ਪਿਕਅਪ ਕਰ ਲੈਣੇ. ਔਰ ਕੁਝ ਜਿੱਦਾਂ, ਇੱਕ ਮਿੰਟ, ਕਾਲ ਆ ਗਈ ਹੈ. ਹੈਲੋ ਜੀ, ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਤੁਹਾਨੂੰ ਟੈਲੀ 'ਚ ਪਛਾਣ ਲਿਆ ਆ. ਹਾਂਜੀ, ਤੁਸੀਂ ਪਰਮਜੀਤ ਬੋਲਦੇ ਹੋ? ਨਹੀਂ ਜੀ. ਹੈਲੋ, ਕਿਸੇ ਹੋਰ ਦੇ ਨਾਲ, ਆਈ ਥਿੰਕ ਕਾਲ ਡ੍ਰੌਪ ਹੋ ਗਈ. ਅਸੀਂ ਇਹ, ਹਾਂਜੀ, ਮੈਨੂੰ ਇਦਾਂ ਲੱਗਦਾ ਕਿ ਪਰਮਿੰਦਰ ਜੀ, ਜਿਹੜੀ ਉਹ ਕੀ ਕਹਿੰਦੇ ਆ, ਬੱਚਾ ਇੱਕ ਦੇਖਦਾ ਸੀਗਾ, ਉਹ ਕਈ ਵਾਰ ਇਹ ਹੁੰਦਾ ਕਿ ਮੈਨੂੰ ਇਦਾਂ ਲੱਗਦਾ ਸਾਈਕੋਲੋਜੀਕਲ ਲੈਵਲ 'ਤੇ ਜਿਹੜੀ ਅਸੀਂ ਕੀ ਕਹਿੰਦੇ ਹਾਂ, ਟੋਕਿੰਗ ਕਰਦੇ ਹਾਂ, ਜਿਹੜੀ ਲੈਂਗੁਏਜ ਹੈ. ਠੀਕ ਹੈ, ਕਾਲ ਆ ਗਈ, ਫਿਰ ਤੋਂ ਲੈਂਦੇ. ਹੈਲੋ ਜੀ, ਪਰਮਿੰਦਰ. ਹਾਂਜੀ, ਸਤਿ ਸ਼੍ਰੀ ਅਕਾਲ ਜੀ. ਸਤਿ ਸ਼੍ਰੀ ਅਕਾਲ ਜੀ, ਤੁਸੀਂ? ਹੈਲੋ ਜੀ. ਹੈਲੋ ਜੀ, ਹਾਂਜੀ, ਬੋਲ ਰਹੇ ਹਾਂ ਜੀ. ਹੈਲੋ, ਸਤਿ ਸ਼੍ਰੀ ਅਕਾਲ ਪਰਮਿੰਦਰ ਜੀ. ਹਾਂਜੀ, ਸਤਿ ਸ਼੍ਰੀ ਅਕਾਲ ਜੀ. ਤੁਸੀਂ ਵੀਰ ਜੀ ਕਿੱਥੋਂ ਬੋਲ ਰਹੇ ਹਾਂ? ਮੈਂ ਸਵਰਨ ਬੋਲ ਰਿਹਾ ਹਾਂ. ਹੋਰ ਤੁਹਾਡੀ ਸਿਹਤ ਕਿ? ਹਾਂਜੀ ਪਰਮਿੰਦਰ ਜੀ, ਆਪਾਂ, ਮੈਂ ਪੈਰੀਵਾਰ ਤੋਂ, ਜਿਹੜਾ ਮੁੰਡਾ ਸਵਰਨ. ਹੈਲੋ ਜੀ, ਤੁਸੀਂ ਟੌਪਿਕ ਤੇ ਰੋ ਕੀ ਕਹਿੰਦੇ ਆ, ਬਾਕੀ ਤੁਸੀਂ ਪਰਸਨਲ ਲੈਵਲ ਤੇ ਕਾਲ ਕਰ ਸਕਦੇ ਆ. ਹਾਂਜੀ, ਤੁਸੀਂ ਅੱਜ ਦੇ ਜਿਹੜਾ ਟੌਪਿਕ ਹੈ ਉਸ ਤੇ ਕੀ ਕਹਿਣਾ ਚਾਹੋਗੇ? ਮੈਂ ਸਿਰਫ ਭੈਣ ਜੀ ਨੂੰ ਇਹ ਕਹਿਣਾ, ਬਹੁਤ ਚਿਰ ਪਿੱਛੇ ਮਿਲੀ ਆ ਮੈਨੂੰ, ਤੇ ਸਿਰਫ ਇਹ ਬਾਤ ਹੀ ਕਰਨੀ ਉਹਨਾਂ ਨੇ, ਇੱਕ ਮਿੰਟ ਪਲੀਜ਼. ਹਾਂਜੀ, ਹੈਲੋ. ਹੈਲੋ, ਪਹਿਚਾਣ ਯਾਰ, ਮੈਂ ਤੁਹਾਨੂੰ ਪਹਿਚਾਣ. ਹਾਂਜੀ, ਠੀਕ ਕਰ ਲਿਓ. ਹਾਂਜੀ, ਤੇ ਪਰਮਿੰਦਰ ਜੀ, ਮੈਨੂੰ ਇੱਦਾਂ ਲੱਗਦਾ ਕਿ ਜਿਹੜੀ ਬੱਚੇ ਕੀ ਕਹਿੰਦੇ ਆ, ਘਰ 'ਚ ਬੋਲਦੇ ਦੇਖਦੇ ਸੀਗੇ. ਹਾਂਜੀ, ਠੀਕ ਹੈ, ਉਹ ਜਿੱਦਾਂ ਕੀ ਕਹਿੰਦੇ ਆ, ਪਿਕਅਪ ਕਰਦੇ ਸੀਗੇ, ਵਰਡਸ ਪਿਕਅਪ ਕਰਨੇ, ਤਾਂ ਬੱਚੇ ਜਿਹੜੇ ਹੈਗੇ ਆ, ਸਾਈਕੋਲੋਜੀਕਲੀ ਜਿਹੜੀ ਉਹਨਾਂ ਦੀ ਡਿਵੈਲਪਮੈਂਟ ਹੁੰਦੀ ਹੈ, ਹਾਂਜੀ, ਉਹ ਉਹਨਾਂ ਦਾ ਜਿਹੜਾ ਲਰਨਿੰਗ ਲੈਵਲ ਹੈ ਉਹ ਕਾਫੀ ਕੁਇਕ ਹੁੰਦਾ, ਤਾਂ ਉਹ ਪਿਕਅਪ ਕਰਦੇ ਸੀਗੇ. ਔਰ ਇਹ ਰਿਸਰਚ ਵੀ ਸ਼ੋਅ ਕੀਤੀ ਹੈ, ਜਿਹੜੇ ਬਾਇਲਿੰਗੁਅਲ ਬੱਚੇ ਹੈਗੇ ਨੇ, ਹਾਂਜੀ, ਠੀਕ ਹੈ, ਐਕੇਡੈਮਿਕਲੀ ਦੇ ਡੂ ਵੈਰੀ ਵੈਲ. ਠੀਕ ਹੈ, ਔਰ ਜਿਹੜੀ ਰਿਸਰਚ ਇਹ ਵੀ ਕਹਿੰਦੀ ਹੈ ਕਿ ਬੱਚਿਆਂ ਨੂੰ ਆਪਣੀ ਮਾਂ ਬੋਲੀ ਜ਼ਰੂਰ ਸਿਖਾਉਣੀ ਚਾਹੀਦੀ ਆ. ਹਾਂਜੀ, ਹੈ ਨਾ, ਤੁਸੀਂ ਦੇਖੋਗੇ, ਕਿਉਂਕਿ ਛੋਟੇ, ਜਦੋਂ ਅੱਜ ਕੱਲ੍ਹ ਦੇਖੋ ਕਿੰਨੇ ਸਾਡੇ ਇੱਥੇ ਮਲਟੀਕਲਚਰਲ, ਕਿ ਯੂਰਪ ਤੋਂ ਕਿੰਨੇ ਲੋਕ ਆਏ ਆ, ਤੁਸੀਂ ਉਹਨਾਂ ਦੇ ਨਾਲ ਬੱਚੇ ਤੁਰੇ ਜਾਂਦੇ ਦੇਖੋਗੇ, ਤਾਂ ਉਹਨਾਂ ਦੀ ਲੈਂਗੁਏਜ ਬੋਲਦੇ ਆ. ਚਾਈਨੀਜ਼ ਦੇਖੋਗੇ, ਉਹਨਾਂ ਦੀ ਲੈਂਗੁਏਜ ਬੋਲ, ਛੋਟੇ ਛੋਟੇ ਬੱਚੇ ਬੋਲਦੇ. ਚਾਈਨੀਜ਼ ਦੀ ਗੱਲ ਲੈ ਕੇ ਆਏ, ਠੀਕ ਹੈ, ਹੁਣ ਜਿੱਦਾਂ ਕੀ ਕਹਿੰਦੇ, ਅਸੀਂ ਆਪਣੇ ਬੱਚਿਆਂ ਨੂੰ ਇਨਕਰੇਜ ਕਰਦੇ ਹਾਂ, ਹਾਂਜੀ, ਦੇ ਹੈਵ ਟੂ ਲਰਨ ਮੈਂਡਰਿਨ. ਵਾਈ? ਬਿਕੋਜ਼ ਚਾਈਨਾ ਇਜ਼ ਦਾ ਬਿਗੈਸਟ ਗਰੋਇੰਗ ਇਕੋਨਮੀ. ਠੀਕ ਹੈ, ਦੈਟ ਇਜ਼ ਦਾ ਕੀ ਕਹਿੰਦੇ, ਲੈਂਗੁਏਜ ਆਫ ਅ ਫਾਈਨੈਂਸ਼ੀਅਲ ਸੈਕਟਰ. ਠੀਕ ਹੈ, ਸਾਨੂੰ ਇਹ ਲੱਗਦਾ ਕਿ ਜੇ ਸਾਡੇ ਬੱਚੇ ਫਾਈਨੈਂਸ ਸੈਕਟਰ 'ਚ ਜਾ ਰਹੇ ਹੈ, ਚਾਈਨਾ ਇਜ਼ ਪ੍ਰੋਬੇਬਲੀ ਗੋਇੰਗ ਟੂ ਟੇਕ ਓਵਰ US ਦ ਵੇ ਇਟਸ ਗੋਇੰਗ, ਦ ਵੇ ਇਕੋਨਮੀ ਇਜ਼ ਗਰੋਇੰਗ ਸੋ ਫਾਸਟ. ਇਸ ਕਰਕੇ ਜਿਹੜੇ ਇਸ, ਇਹੀ ਤਾਂ ਅਸੀਂ ਗੱਲਬਾਤ ਅੱਜ ਕਰਦੇ ਹਾਂ ਕਿ ਆਪਣੇ ਵਿਊਰਸ ਨੂੰ ਵੀ ਮੈਂ ਵੀ ਦੱਸ ਦਿੰਦੀ ਹਾਂ ਕਿ ਸਾਡੇ ਜਿਹੜੇ ਦਰਸ਼ਕ ਆ, ਸਾਡੇ ਵਿਊਰਸ ਆ, ਉਹ ਆਪਣੇ ਜਿਹੜੇ ਵਿਊ ਅੱਜ ਦੇ ਜਿਹੜਾ ਪ੍ਰੋਗਰਾਮ ਆ, ਪੰਜਾਬੀ ਕਿੰਨੀ ਕੁ ਇੰਪੋਰਟੈਂਟ ਆ ਸਾਡੇ ਬੱਚਿਆਂ ਨੂੰ ਬੋਲਣੀ, ਘਰ ਤੋਂ ਸ਼ੁਰੂ ਹੁੰਦੀ ਆ ਕਿੱਦਾਂ, ਕਿਉਂਕਿ ਇਹ ਕਹਿੰਦੇ ਹੁੰਦੇ ਤਾਂ ਗੁੜਤੀ ਜਿਹੜੀ ਹੁੰਦੀ ਪਹਿਲਾਂ ਮਿਲੀ ਹੋਵੇ ਨਾ ਆਪਣੇ ਪਹਿਲਾਂ ਤੋਂ, ਅਤੇ ਉਹ ਬੜੀ ਸਟਰੋਂਗ ਹੁੰਦੀ ਆ. ਅਗਰ ਜੁਆਇੰਟ ਫੈਮਿਲੀ ਦੀ ਗੱਲ ਮੈਂ ਕੀਤੀ ਸੀ, ਜਿਹੜੀਆਂ ਬਾਬੇ ਦਾਦੀ ਆ, ਜਿੱਦਾਂ ਕਿ ਜੇ ਤੁਹਾਡੇ ਪੇਰੈਂਟਸ ਕੋਲ ਟਾਈਮ ਨਹੀਂ ਹੈਗਾ, ਬੱਚੇ ਉਹਨਾਂ ਕੋਲ ਤੁਸੀਂ ਛੱਡੋ, ਉਹ ਉਹਨਾਂ ਨੂੰ ਰਾਤ ਨੂੰ ਦੇਖੋ ਕਿੰਨੀਆਂ ਸੋਹਣੀਆਂ ਕਹਾਣੀਆਂ ਸੁਣਾਉਂਦੇ ਆ. ਬੱਚਿਆਂ ਨੂੰ ਇੰਟਰਸਟ ਵੀ ਹੁੰਦਾ, ਮੈਂ ਆਪਣੀ ਦਾਦੀ ਕੋਲ, ਆਪਣੇ ਗ੍ਰੈਂਡ ਪੇਰੈਂਟਸ ਕੋਲ ਬੈਠ ਕੇ ਸੁਣਨੀ, ਉਹ ਫਿਰ ਪੰਜਾਬੀ 'ਚ ਸੁਣਾਉਂਦੇ. ਉਹਨਾਂ ਦੇ ਨਾਲ ਬੱਚਿਆਂ ਨੂੰ ਬਹੁਤ ਜ਼ਿਆਦਾ ਸਾਡੇ ਵਿਰਸੇ ਨਾਲ ਜੁੜੀਆਂ ਗੱਲਾਂ ਦਾ ਵੀ ਪਤਾ ਚੱਲਦਾ. ਐਕਚੁਅਲੀ ਮੈਨੂੰ ਇਹ ਲੱਗਦਾ, ਇੱਕ ਤਾਂ ਪੇਸ਼ੈਂਸ ਨਹੀਂ ਹੈਗੀ, ਹਾਂਜੀ, ਦੂਜਾ ਇਹ ਹੈਗਾ ਕਿ ਅਸੀਂ
ਬੱਚਿਆਂ ਨੂੰ ਰਾਦਰ ਦੈਨ ਕਿ ਇੰਜੋਏ ਨਹੀਂ ਕਰਾਉਂਦੇ ਇਸ ਲੈਂਗੁਏਜ ਨੂੰ, ਅਸੀਂ ਉਹਨਾਂ ਨੂੰ ਫੋਰਸ ਕਰਦੇ ਹਾਂ। ਠੀਕ ਹੈ, ਕਈ ਵਾਰ ਬੱਚਿਆਂ ਦਾ ਲਾਈਫ ਸਟਾਈਲ ਵੀ ਅਸੀਂ ਇੰਨਾ ਕੁ ਬਿਜ਼ੀ ਕਰਤਾ, ਜੇ ਅਸੀਂ ਬੱਚਿਆਂ ਨਾਲ ਆਪ ਵੀ ਗੱਲ ਕਰ ਲਈਏ ਉਹ ਕੁਛ ਤਾਂ ਸਿੱਖਣਗੇ। ਠੀਕ ਹੈ, ਰਿਸੋਰਸਿਸ ਆਰ ਅਵੇਲੇਬਲ, ਜਿੱਦਾਂ ਗੁਰਦੁਆਰਾ ਸਾਹਿਬ 'ਚ ਖੁੱਲ੍ਹੇ ਹੋਏ ਨੇ ਪੰਜਾਬੀ ਸੈਂਟਰਸ। ਠੀਕ ਹੈ, ਹੋਰ ਵੀ ਤੁਸੀਂ ਪੰਜਾਬੀ ਟੀਚਰਸ ਹਾਇਰ ਕਰ ਸਕਦੇ ਹੈ, ਪਰ ਜੋ ਬੱਚੇ ਨੇ ਤੁਹਾਡੇ ਤੋਂ ਆਪ ਤੋਂ ਸਿੱਖਣੀ ਹੈ, ਠੀਕ ਹੈ, ਜੋ ਫੈਮਿਲੀ 'ਚ ਰਹਿ ਕੇ ਸਿੱਖਣੀ ਹੈ, ਔਰ ਕਦੀ ਆਪਣੇ ਬੱਚੇ, ਇੱਕ ਕੰਸਿਸਟੈਂਸੀ ਬਹੁਤ ਜ਼ਰੂਰੀ ਹੈ। ਜੇ ਇੱਕ ਤੁਸੀਂ ਕੰਮ ਸ਼ੁਰੂ ਕੀਤਾ ਉਸਨੂੰ ਮੈਨੂੰ ਲੱਗਦਾ ਕਿ ਫੋਲੋ ਜ਼ਰੂਰ ਕਰਨਾ ਚਾਹੀਦਾ। ਠੀਕ ਹੈ ਕਿ ਜੇ ਅੱਜ ਬੋਲ ਲਈ ਤਾਂ ਇਹ ਨਹੀਂ ਹੈਗਾ ਵੀ ਕੱਲ੍ਹ ਫਿਰ ਕੰਫਰਟੇਬਲ ਜਿਹੜੀ ਲੈਂਗੁਏਜ ਆਪਾਂ ਬਾਹਰ ਬੋਲਦੇ ਹਾਂ ਇੰਗਲਿਸ਼ ਆ ਕੇ ਉਹ ਘਰ ਬੋਲਣੀ ਸ਼ੁਰੂ ਕਰਤੀ। ਕਈ ਵਾਰੀ ਆਈ ਥਿੰਕ ਆਪਣੇ ਜਿਹੜੇ ਮੈਂ ਦੇਖਿਆ ਆਪਣੇ ਕਲਚਰ ਵਿੱਚ ਜਿਹੜੇ ਯੰਗਸਟਰ ਹੈਗੇ, ਯੰਗ ਕਪਲਸ ਹੈਗੇ ਆ, ਜਦੋਂ ਬਾਹਰ ਜਾਂਦੇ ਆਪਣੇ ਬੱਚਿਆਂ ਨਾਲ, ਸਪੈਸ਼ਲੀ ਉਹ ਇੰਗਲਿਸ਼ ਬੋਲੂਗੇ, ਕਿਉਂਕਿ ਆਈ ਥਿੰਕ ਸ਼ਾਇਦ ਉਹ ਮਹਿਸੂਸ ਕਰਦੇ ਆ, ਸ਼ਰਮ ਮਹਿਸੂਸ ਕਰਦੇ ਪੰਜਾਬੀ ਬੋਲਣ ਦੇ ਵਿੱਚ, ਥੋੜ੍ਹਾ ਜਿਹਾ ਇੰਗਲਿਸ਼ ਨੂੰ ਮੋਰ ਇੰਪੋਰਟੈਂਸ ਦਿੰਦੇ ਹੈਗੇ ਆ ਕਿ ਮਾਡਰਨ ਅਸੀਂ ਜ਼ਿਆਦਾ ਦੇਖੀਏ ਇਹਦੇ ਵਿੱਚ। ਕਈ ਵਾਰ ਮੈਂ ਪਰ ਜੇ ਉਸ 'ਚ ਕਿੱਥੇ ਨਾ ਕਿੱਥੇ ਇਹ ਲੱਗ ਰਿਹਾ ਕਿ ਜਿਹੜੇ ਕੀ ਕਹਿੰਦੇ ਆ ਕਲਚਰਲੀ ਹੈਗੇ ਆ ਜੀ, ਉਹ ਸਾਡਾ ਵਿਰਸਾ ਜਿਹੜਾ ਹੈਗਾ ਜਾਂ ਜਿਹੜੀ ਸਾਡੀ ਆਈਡੈਂਟੀ ਹੈ, ਜਿਹੜੀ ਇੱਕ ਸੈਂਸ ਆਫ ਬਿਲੋਂਗਿੰਗਨੈਸ ਹੈ, ਉਹ ਕਿੰਨਾ ਕਿੱਥੇ ਖਤਮ ਹੁੰਦੀ ਜਾਂਦੀ ਖਤਮ ਹੁੰਦੀ ਜਾਂਦੀ ਹੈ, ਕਿਉਂਕਿ ਤੁਸੀਂ ਦੇਖੋ ਕਿ ਕਿਉਂਕਿ ਜਿਹੜੇ ਸਾਡੇ ਪੰਜਾਬੀ ਦੇ ਸਿੰਗਰ ਆ, ਸਾਰੇ ਨਹੀਂ, ਜਿਹਨਾਂ ਵਿੱਚ ਕੁਛ ਸਿੰਗਰ ਆ ਉਹਨਾਂ ਨੇ ਹੁਣ ਤੱਕ ਪੰਜਾਬੀ ਇੱਥੇ ਤੱਕ ਪਹੁੰਚੀ ਹੈ ਸਿੰਗਿੰਗ ਦੇ ਥਰੂ, ਉਹਨਾਂ ਨੂੰ ਵੀ ਮੈਂ ਬਹੁਤ ਵਧਾਈ ਦਿੰਦੀ ਹਾਂ। ਨਾਂ ਤਾਂ ਬਹੁਤ ਜ਼ਿਆਦਾ ਹੈਗੇ ਜਿਨ੍ਹਾਂ ਦੇ ਮੈਂ ਲੈ ਨਹੀਂ ਸਕਦੀ, ਕਿ ਇੱਕ ਸਪੈਸ਼ਲ ਜਿਹੜਾ ਲੜਕਾ ਜਿਹਦੇ ਕਿ ਜਿਹਨੇ ਵੀਡੀਓ ਬਣਾਈ ਆ, ਐਚ ਧਾਮੀ ਉਹਦਾ ਨਾਂ ਆ, ਮੈਂ ਉਹਦੇ 'ਤੇ ਬਹੁਤ ਇੰਪ੍ਰੈਸ ਹੋਈ ਹਾਂ। ਉਹ ਵੀਡੀਓ ਦੇਖ ਕੇ ਸ਼ਾਇਦ ਤੁਸੀਂ ਵੀ ਦੇਖੀ ਹੋਏਗੀ ਕਿ ਮੈਂ ਪੰਜਾਬੀ ਬੋਲੀ ਹਾਂ ਜਿਹਦੇ, ਉਹ ਦੇਖੋ ਜਿਹੜੇ ਇੱਦਾਂ ਦੇ ਬੱਚੇ ਜਿਹਦੇ ਬਾਹਰ, ਜਿਹੜੇ ਯੂਰਪ ਦੇ ਵਿੱਚ, ਜਿਹੜੇ ਆਪਣੇ ਇੰਗਲੈਂਡ ਦੇ ਵਿੱਚ ਬੱਚੇ ਪੈਦਾ ਹੋ ਕੇ, ਉਹਦਾ ਮਤਲਬ ਉਹਨਾਂ ਦੇ ਘਰਾਂ 'ਚ ਪੰਜਾਬੀ ਬੋਲੀ ਜਾਂਦੀ ਸੀ, ਇਸ ਕਰਕੇ ਬੱਚੇ ਇੱਥੇ ਤੱਕ ਪਹੁੰਚੇ। ਜੇ ਉਹ ਬੱਚਾ ਇੱਥੇ ਤੱਕ ਪਹੁੰਚ ਸਕਦਾ, ਕਿਉਂਕਿ ਜਿਹੜੇ ਸਾਡੇ ਬਾਕੀ ਬੱਚੇ ਵੀ ਇੱਥੇ ਬ੍ਰੋਟ ਅਪ ਹੋਏ, ਉਹ ਕੋਈ ਡਿਫਰੈਂਸ ਨਹੀਂ ਹੈਗੇ, ਬਿਲਕੁਲ, ਉਹ ਕਿਉਂ ਨਹੀਂ ਇੱਥੇ ਤੱਕ ਪਹੁੰਚ ਸਕਦੇ। ਜੀ ਮੈਂ ਆਪਣੇ ਵਿਊਅਰਸ ਨੂੰ ਵੀ ਰਿਕੁਐਸਟ ਕਰਾਂਗੀ ਕਿ ਅੱਜ ਠੰਡੇ ਪੈ ਗਏ ਨੇ, ਹਾਂਜੀ, ਨੀਡ ਟੂ ਕਮ ਫੋਰਵਰਡ ਟੂ ਸ਼ੇਅਰ, ਇਹ ਤਾਂ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਕਾਲ ਆ ਗਈ ਹੈ, ਲੋ ਜੀ, ਹੈਲੋ, ਕੌਣ ਬੋਲ ਰਹੇ? ਸਤਿ ਸ਼੍ਰੀ ਅਕਾਲ ਜੀ, ਮੈਂ ਮਹਿੰਦਰ ਕੌਰ ਆ। ਹਾਂਜੀ ਹਾਂਜੀ, ਮੈਂ ਪੰਜਾਬੀ ਦੀ ਟੌਪਿਕ ਤੇ ਗੱਲ ਕਰਨਾ ਚਾਹੁੰਦੀ ਆ। ਹਾਂਜੀ, ਅਸੀਂ ਜਿੱਦਾਂ ਕੰਮ ਕਰਦੇ ਹਾਂ, ਅਸੀਂ, ਮੈਂ ਤਾਂ ਗੋਰਿਆਂ ਨੂੰ ਵੀ ਪੰਜਾਬੀ ਸਿਖਾਉਂਦੀ ਹਾਂ, ਗੋਰੇ ਪੰਜਾਬੀ ਸਿੱਖਦੇ ਆ, ਸਾਡੇ ਲੋਕੀ ਭੱਜਦੇ ਆ ਪੰਜਾਬੀ। ਹਾਂਜੀ ਹਾਂਜੀ, ਇਹਦਾ ਕਾਰਨ ਕੀ ਆ ਭੈਣ ਜੀ, ਤੁਸੀਂ ਦੱਸ ਸਕਦੇ ਕੀ ਮਤਲਬ ਇਹੋ ਹੋ ਰਿਹਾ? ਕਾਰਨ ਬੇਦੀ ਤਾਂ ਪਤਾ ਨਹੀਂ, ਸ਼ਰਮ ਸਮਝਦੇ ਇੰਗਲਿਸ਼ ਬੋਲਦੇ ਜਿਹੜੇ ਸਮਝਦੇ। ਤੁਹਾਨੂੰ ਕਿਉਂ ਇਹ ਕਿਉਂ ਲੱਗਦਾ ਕਿ ਅਸੀਂ ਕਿਉਂ ਸ਼ਰਮ ਸਮਝਦੇ ਆ ਆਪਣੀ? ਨਾ ਨਾ, ਇਹ ਸਮਝਣੀ ਨਹੀਂ, ਕਿ ਪਤਾ ਨਹੀਂ, ਜਿੱਦਾਂ ਸਿੱਖ ਵੀ ਭਰੇ ਆਪਾਂ ਗੁਰਦੁਆਰੇ ਜਾਂਦੇ ਆ, ਉਹ ਆਪਣੇ ਬੱਚਿਆਂ ਨਾਲ ਇੰਗਲਿਸ਼ ਬੋਲੂਗੇ, ਲੋਕਾਂ ਨੂੰ ਉਹਦਾ ਲੈਕਚਰ ਕਰਕੇ ਦੱਸਦੇ ਆ। ਹਾਂਜੀ, ਇਹ ਤਾਂ ਹੁਣੇ ਤਾਂ ਅਸੀਂ ਇਹ ਗੱਲਬਾਤ ਕਰ ਰਹੇ ਸੀ ਜੀ। ਹਾਂਜੀ, ਮੈਂ ਇਹੋ ਤੁਹਾਡੀ, ਮੈਂ ਹਰੇਕ ਵਾਰ ਤੁਹਾਡਾ ਪ੍ਰੋਗਰਾਮ ਦੇਖਦੀ ਨਹੀਂ, ਬਹੁਤ ਨਾਈਸ ਆ। ਹਾਂਜੀ, ਬਹੁਤ ਥੈਂਕ ਯੂ ਜੀ। ਹਾਂਜੀ, ਤਾਂ ਪਰ ਮੈਂ ਤਾਂ ਡਾਕਟਰ, ਮੇਰੇ ਤੋਂ ਪੰਜਾਬੀ ਸਿੱਖਦੇ ਆ, ਅਸੀਂ ਅੱਜ ਕੰਮ ਹੋਸਪਿਟਲ ਕਰਦੇ, ਮੈਂ ਉਹਨਾਂ ਨੂੰ ਪੰਜਾਬੀ ਦੱਸਦੀ, ਉਹ ਲਰਨ ਕਰਦੇ ਆ। ਚਲੋ, ਥੈਂਕ ਯੂ ਸੋ ਮਚ ਜੀ, ਤੁਸੀਂ ਬਹੁਤ ਵੱਡਾ ਕੰਮ ਕਰ ਰਹੇ ਹੈ, ਬੱਚਿਆਂ ਨੂੰ ਐਜੂਕੇਟ ਕਰ ਰਹੇ ਹੈ, ਇਸ ਤੋਂ ਵੱਡਾ ਹੋਰ ਕੀ ਹੋ ਸਕਦਾ? ਜਿੱਦਾਂ ਮੈਂ ਆਪ, ਮੇਰੇ ਨਿਆਣੇ ਆ ਵੱਡੇ ਆ, ਉਹ ਪੰਜਾਬੀ ਨਾਲ ਸਿਖਾ ਲਈਓ, ਬਾਹਰ ਪੰਜਾਬੀ ਬੋਲਦੇ, ਉਹਨਾਂ ਨੂੰ ਦੱਸਿਆ ਵੀ ਜੇ ਕੋਈ ਸਿਆਣਾ ਆਪਣਾ ਬੰਦਾ, ਉਹਨੂੰ ਪੰਜਾਬੀ ਨਾਲ ਬੋਲੋ। ਉਹੀ ਤਾਂ ਹੈ, ਲੈਕ ਆਫ ਕਮਿਊਨੀਕੇਸ਼ਨ ਵੀ ਤਾਂ ਹੈਗਾ ਕਿ ਅੱਜ ਜੇ ਅਸੀਂ ਆਪਣੇ ਬੱਚਿਆਂ ਨੂੰ ਨਹੀਂ ਸਿਖਾ ਰਹੇ ਤਾਂ ਉਹ ਰਿਲੇਸ਼ਨਸ਼ਿਪਸ ਨੂੰ, ਤੁਹਾਨੂੰ ਨਹੀਂ ਲੱਗਦਾ, ਅੰਡਰਸਟੈਂਡ ਕਰਨ ਨੂੰ ਵੀ ਬਹੁਤ ਡਿਫਿਕਲਟੀਜ਼ ਆ ਰਹੀਆਂ ਨੇ? ਹਾਂਜੀ, ਪਰ ਜਿੱਦਾਂ ਮੇਰੇ ਬੱਚਿਆਂ ਨੂੰ ਮੈਂ ਬਹੁਤ ਟਰਾਈ ਕੀਤੀ, ਲਿਖਣਾ ਨਹੀਂ ਉਹਨਾਂ ਨੂੰ ਆਇਆ, ਹਨਾ, ਪਰ ਬੋਲਦੇ ਬਹੁਤ ਆ ਹੁਣ। ਚਲੋ, ਤੁਸੀਂ ਕੁਛ ਤਾਂ ਅਚੀਵ ਕੀਤਾ, ਇਹ ਵੀ ਬਹੁਤ ਵਧੀਆ ਹੈ, ਤੁਹਾਨੂੰ ਵੀ ਅਸੀਂ ਵਧਾਈ ਦਿੰਦੇ ਹਾਂ ਕਿ ਦੇਖੋ ਤੁਸੀਂ ਗੋਰਿਆਂ ਨੂੰ ਵੀ ਸਿਖਾਉਂਦੇ ਹਾਂ ਕਿ ਅਗਰ ਇੱਕ ਇੱਕ ਸਾਡੀ ਭੈਣ ਤੁਹਾਡੇ ਵਾਂਗ ਜਾਂ ਸਾਡਾ ਭਾਈ ਕੋਈ ਇਸ ਤਰ੍ਹਾਂ ਆਪਣੇ ਫੈਕਟਰੀਆਂ ਦੇ ਵਿੱਚ ਵੀ ਸਿਖਾ ਲੈਣ ਅਤੇ ਥੋੜ੍ਹਾ ਬਹੁਤਾ, ਵੈਸੇ ਤਾਂ ਅਸੀਂ ਵੀ ਜਿੱਥੇ ਕੰਮ ਕਰਦੇ ਅਸੀਂ ਵੀ ਸਿਖਾਉਂਦੇ ਹੈਗੇ ਹਾਂ, ਪੰਜਾਬੀ ਕਾਫੀ ਬੋਲ ਲੈਂਦੇ ਆ। ਹਾਂਜੀ, ਮੈਂ ਜਿੱਦਾਂ ਕੋਟਰ ਸਤਿ ਸ਼੍ਰੀ ਅਕਾਲ ਦਾ ਮੀਨਿੰਗ ਆ ਇੰਗਲਿਸ਼, ਹਾਂਜੀ, ਉਹ ਸਾਰੇ ਬੜੇ ਥੋੜ੍ਹੇ ਲਰਨ ਕਰਦੇ ਆ। ਜੀ, ਅਸੀਂ ਆਪਣੇ ਬੱਚਿਆਂ ਕੋਲ, ਆਈ ਥਿੰਕ ਜਾਂ ਟਾਈਮ ਸਾਡੇ ਕੋਲ ਘੱਟ ਆ ਜਾਂ ਬੱਚਿਆਂ ਨੂੰ ਓਨੇ ਅਸੀਂ, ਨਹੀਂ ਨਹੀਂ, ਜਿੱਦਾਂ ਹੈ ਨਾ ਲੋਕੀ ਸ਼ੋਅ ਆਪ ਬਹੁਤ ਕਰਦੇ, ਹਾਂਜੀ, ਸ਼ੋਅ ਆਫ ਵੀ, ਤੇ ਕਈ ਵਾਰ ਅਸੀਂ ਆਪਣੇ ਬੱਚਿਆਂ ਨੂੰ ਡੀਮੋਰਲਾਈਜ਼ ਵੀ ਕਰ ਦਿੰਦੇ ਆ ਕੰਪੈਰੀਜ਼ਨ ਕਰਕੇ ਕਿ ਉਹਦਾ ਬੱਚਾ ਬੋਲਦਾ ਤੂੰ ਨਹੀਂ ਬੋਲਦਾ, ਉਸ 'ਚ ਬੱਚਿਆਂ ਨਾਲ ਥੋੜਾ ਡੀਮੋਰਲਾਈਜ਼ ਹੋ ਜਾਂਦਾ, ਕਦੀ ਬੱਚਿਆਂ ਨੂੰ ਕੰਪੇਅਰ ਨਹੀਂ ਕਰਨਾ ਚਾਹੀਦਾ। ਓਨੀਆਂ ਚੰਗੀਆਂ ਤੁਹਾਡੇ ਵਾਸਤੇ, ਹਾਂਜੀ, ਜਿੰਨੀਆਂ ਤੁਹਾਨੂੰ ਬੋਲੀਆਂ ਪੰਜਾਬੀ, ਹਾਂਜੀ, ਉਹ ਤਾਂ ਹੈ ਜੀ, ਉਹ ਤਾਂ ਬਿਲਕੁਲ, ਕੀ ਕਹਿੰਦੇ ਆ, ਬੋਲੀ ਤਾਂ ਕੋਈ ਵੀ ਉਹ ਨਹੀਂ ਹੈਗੀ ਮਾੜੀ, ਹਾਂਜੀ, ਕੀ ਕਹਿੰਦੇ, ਇਨਸਾਨ ਇਹ ਹੈਗਾ ਕਿ ਜਿੰਨਾ ਸਿੱਖੇ, ਐਜੂਕੇਸ਼ਨ ਤਾਂ ਕਦੀ ਵੀ ਵੇਸਟ ਨਹੀਂ ਜਾਂਦੀ। ਹਾਂਜੀ, ਬਿਲਕੁਲ, ਤੇ ਥੈਂਕ ਯੂ ਸੋ ਮਚ ਜੀ।
ਮੈਨੂੰ ਤੇ ਲੱਗਦਾ ਇਹ ਨੀ ਹੈਗਾ ਕਿ ਟਾਈਮ ਵੀ ਹੈ ਨੀ, ਇਹਦੇ ਵਿੱਚ ਇਹ ਹੈਗਾ ਕਿ ਜਿਸ ਤਰ੍ਹਾਂ ਕਿ ਪਰਮਿੰਦਰ ਜੀ ਸੌਰੀ ਕਾਲ ਆ ਗਿਆ। ਚਲੋ ਹੈਲੋ ਜੀ, ਹੈਲੋ ਭੈਣ ਜੀ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ। ਹਾਂਜੀ ਹੈਲੋ, ਹੈਲੋ ਹਾਂਜੀ ਹਾਂਜੀ, ਮੈਂ ਬਰਮਿੰਘਮ ਤੋਂ ਬੋਲਦਾ ਕਿਸਦਾਸ। ਹਾਂਜੀ ਹਾਂਜੀ, ਤੁਸੀਂ ਟੋਪਿਕ ਭੈਣ ਜੀ ਬਹੁਤ ਵਧੀਆ ਰੱਖਿਆ, ਲੇਕਿਨ ਸਾਡੇ ਲੋਕਾਂ ਨੇ ਨਾ, ਹਾਂਜੀ ਦੇਖੋ ਨਾ, ਜੇ ਕੋਈ ਸਾਡਾ ਬੱਚਾ ਜਿੱਦਾਂ ਅਸੀਂ ਪੰਜਾਬ ਤੋਂ ਆਏ ਆ ਜੀ, ਪੰਜਾਬੀ ਦੇ ਵਿੱਚ ਡਾਕਟਰ ਬਣ ਸਕਦਾ? ਪੰਜਾਬੀ ਦੇ ਵਿੱਚ ਡਾਕਟਰ ਨਹੀਂ ਬਣ ਸਕਦਾ, ਪਰ ਜਿਹੜੀ ਇਹ ਜਿਹੜੀ ਸਾਡੀ ਆਈਡੈਂਟੀ, ਨਹੀਂ ਮੈਂ ਤੁਹਾਡੇ, ਪਲੀਜ਼ ਮੈਂ ਤੁਹਾਡੇ ਨਾਲ ਇੱਥੇ ਅਗਰੀ ਨਹੀਂ ਕਰੂੰਗੀ। ਤੁਸੀਂ ਇਹ ਗੱਲ ਠੀਕ ਕਹਿ ਰਹੇ ਹੋ ਕਿ ਪੰਜਾਬੀ ਬੱਚੇ ਨੂੰ ਡਾਕਟਰ ਨਹੀਂ ਬਣਾ ਸਕਦੀ, ਪਰ ਉਹ ਡਾਕਟਰ ਜਿਹੜਾ ਪੰਜਾਬੀ ਬੋਲ ਸਕਦਾ ਉਹ ਇੱਕ ਸਾਹਮਣੇ ਬੈਠੇ ਪੇਸ਼ੈਂਟ ਨੂੰ ਬਹੁਤ ਅੱਛੀ ਤਰ੍ਹਾਂ ਅੰਡਰਸਟੈਂਡ ਕਰ ਸਕਦਾ। ਨਹੀਂ ਮੇਰਾ ਕਹਿਣ ਦਾ ਮਤਲਬ ਇਹ ਸੀ ਵੀ ਸਾਡੇ ਜਿਹੜੇ ਨਾ ਅਸੀਂ 50-50 60-60 ਲੱਖ ਰੁਪਇਆ ਲਾ ਰਹੇ ਹਾਂ ਆਪਣਾ ਬੱਚੇ ਨੂੰ ਪੜ੍ਹਾਉਣਾ ਹੈ ਨਾ। ਹਾਂਜੀ, ਮਤਲਬ ਜੂਨ ਬਾਅਦ ਅਸੀਂ ਕਨਵਰਟ ਸਕੂਲਾਂ ਦੇ ਵਿੱਚ ਅਸੀਂ ਬੱਚਾ ਭੇਜਦੇ ਹਾਂ, ਨਾਲੇ ਅਸੀਂ ਇੰਨਾ ਪੈਸਾ ਖਰਚ ਕਰਦੇ ਹਾਂ, ਅਸੀਂ ਆਪਣੇ ਬੱਚੇ ਨੂੰ ਪੰਜਾਬੀ ਦੇ ਵਿੱਚ ਨਾ ਅਸੀਂ ਡਾਕਟਰ ਬਣਾ ਸਕਦੇ ਨਾ ਅਸੀਂ ਇੰਜੀਨੀਅਰ ਬਣਾ ਸਕਦੇ ਹਾਂ, ਹੈ ਨਾ। ਤੁਹਾਡਾ ਬੱਚਾ ਕਮਿਊਨੀਕੇਟ ਕਰ ਸਕਦਾ ਜਵਾਬ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਨਹੀਂ ਸਿਖਾਉਣੀ ਚਾਹੀਦੀ? ਨਹੀਂ, ਮੈਂ ਤਾਂ ਕਹਿੰਦੀ ਪੰਜਾਬੀ ਵੀ ਇਕੁਅਲੀ ਇੰਪੋਰਟੈਂਟ ਹੈ। ਨਹੀਂ ਮੈਮ, ਮੈਂ ਤੇ ਇਹ ਕਹਿੰਦਾ ਵੀ ਸਾਡਾ ਬੱਚਾ ਪੰਜਾਬੀ ਵਿੱਚ ਪੜ੍ਹਾਈ ਵੀ ਨਾਲ ਜ਼ਰੂਰੀ ਹੈ, ਤਾਂ ਕਿ ਸਾਡਾ ਬੱਚਾ ਪੰਜਾਬੀ ਵਿੱਚ ਹੀ MBBS ਡਾਕਟਰ ਬਣੇ। ਹੁਣ ਤੁਸੀਂ ਦੇਖੋ ਘਰ 'ਚ ਬਜ਼ੁਰਗ ਹੈਗੇ ਹੈ, ਹਰ ਬਜ਼ੁਰਗ ਤਾਂ ਨਹੀਂ ਇੰਗਲਿਸ਼ ਬੋਲਦਾ, ਠੀਕ ਹੈ, ਉਹ ਤਾਂ ਘਰ ਦੀ ਗੱਲ, ਦੇਖੋ ਨੋਰਮਲ ਹੈ ਘਰ ਦੇ ਵਿੱਚ, ਤੇ ਅਸੀਂ ਉਹੀ ਕਹਿ ਰਹੇ ਹਾਂ ਕਿ ਸਾਡੇ ਬੱਚਿਆਂ ਨੂੰ ਅੰਡਰਸਟੈਂਡਿੰਗ ਹੋਣੀ ਚਾਹੀਦੀ ਹੈ। ਕਿਉਂ ਨਹੀਂ, ਹੁਣ ਜੇ ਇੰਡੀਆ ਦਾ ਤੁਸੀਂ ਕਰਿਕੁਲਮ ਦੇਖੋ, ਠੀਕ ਹੈ, ਉੱਥੇ ਬੱਚਿਆਂ ਨੂੰ ਆਪਸ਼ਨ ਦਿੱਤੀ ਜਾਂਦੀ ਹੈ ਪੰਜਾਬੀ, ਹਿੰਦੀ, ਸੰਸਕ੍ਰਿਤ। ਕਿੰਨੇ ਆਪਣੀ ਸਿੱਖ ਫੈਮਿਲੀਜ਼ ਹੈ ਜਿਨ੍ਹਾਂ ਦੇ ਬੱਚੇ ਸਿੱਖਦੇ ਪੰਜਾਬੀ ਹੈ, ਉਹ ਬਾਣੀ ਪੜ੍ਹ ਸਕਦੇ ਹੈ। ਤੁਸੀਂ ਕਹਿੰਦੇ ਹੋ ਕਿ ਬੱਚੇ ਪੰਜਾਬੀ ਨਾਲ ਡਾਕਟਰ ਨਹੀਂ ਬਣ ਸਕਦੇ, ਇੰਜੀਨੀਅਰ। ਮੈਂ ਤਾਂ ਕਹਿੰਦੀ ਹਾਂ ਜਿਹੜੀ ਬਾਣੀ ਗੁਰੂਆਂ ਨੇ ਲਿਖੀ ਬੱਚੇ ਉਹ ਵੀ ਨਾ ਪੜ੍ਹ, ਮੈਨੂੰ ਤਾਂ ਲੱਗਦਾ ਕਿ ਇਹ ਠੀਕ ਨਹੀਂ ਹੈਗਾ। ਬੱਚਿਆਂ ਨੂੰ ਪੰਜਾਬੀ ਲਿਖਣੀ ਪੜ੍ਹਨੀ ਜ਼ਰੂਰ ਆਉਣੀ ਚਾਹੀਦੀ ਹੈ। ਅੱਗੇ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਜਨਰੇਸ਼ਨਸ ਹੈ, ਤੁਹਾਨੂੰ ਕੀ ਲੱਗਦਾ ਕਿ ਹਾਲੇ ਤੱਕ ਤਾਂ ਚਲੋ ਜਿਹੜੀਆਂ ਜਨਰੇਸ਼ਨਸ ਹੈ ਉਹ ਪਾਠ ਕਰ ਸਕਦੀਆਂ, ਅੱਗੇ ਆਉਣ ਵਾਲੀਆਂ ਜਨਰੇਸ਼ਨਸ ਉਸ ਲੈਵਲ 'ਤੇ ਪਾਠ ਕਰ ਸਕਣਗੀਆਂ? ਤੁਹਾਡਾ ਉਸ 'ਤੇ ਕੀ ਵਿਊ ਹੈ? ਦੇਖੋ ਨਾ, ਜਿਹੜੀ ਪਾਠ ਵਾਲੀ ਗੱਲ ਹੈ ਨਾ, ਮਤਲਬ ਸਾਡੇ ਲੋਕ, ਮਤਲਬ ਸਾਨੂੰ ਹੁਣ ਪੰਜਾਬੀ ਦੇ ਜਿਹੜਾ ਇਹਨੂੰ ਰਿਸਰਚ ਕਰੀਏ ਨਾ, ਪੰਜਾਬ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਰ ਕਿੰਨੀਆਂ ਲੈਂਗੁਏਜ ਹੈਗੀਆਂ? ਬਿਲਕੁਲ, ਅਰਬੀ, ਫਾਰਸੀ, ਸੰਸਕ੍ਰਿਤ ਦਾ ਬਣਿਆ ਹੋਇਆ ਗੁਰੂ ਗ੍ਰੰਥ ਸਾਹਿਬ। ਅਸੀਂ ਮਤਲਬ ਕਹਿੰਦਾ ਵੀ ਆਪਾਂ ਨਾ ਪੜ੍ਹਾਈ ਦੇ ਲੈਵਲ ਤੋਂ ਅਸੀਂ ਲੋਕ ਬਹੁਤ ਦੂਰ ਹੋ ਗਏ, ਮਤਲਬ ਸਕੂਲਾਂ, ਸਕੂਲ ਨੀ ਬਣਾ ਸਕੇ, ਕਾਲਜ ਨੀ ਬਣਾ ਸਕੇ, ਕੌਣ ਬੋਲ ਰਹੇ? ਟੈਲੀਵਿਜ਼ਨ ਤੇ? ਹਾਂਜੀ, ਤੁਸੀਂ ਟੈਲੀਵਿਜ਼ਨ ਤੇ ਹੀ ਹੋ, ਤੁਸੀਂ ਪਿੱਛੇ ਟੀਵੀ ਬੰਦ ਕਰ ਦਿਓ ਪਲੀਜ਼। ਓਕੇ ਜੀ, ਟੀਵੀ ਨਹੀਂ ਬੰਦ ਕਰਦੇ ਜੀ। ਹੈਲੋ, ਕਾਲ ਡਰੋਪ ਹੋ ਗਈ। ਪਰਮਿੰਦਰ ਜੀ ਕੀ ਕਹਿੰਦੇ ਆ, ਮੈਂ ਥੋੜ੍ਹਾ ਇਹ ਪ੍ਰੀਵੀਅਸ ਕਾਲਰ ਨਾਲ ਡਿਸਐਗਰੀ ਕਰੂੰਗੀ। ਹਾਂਜੀ, ਉਹ ਕਹਿੰਦੇ ਆ ਕਿ ਪੰਜਾਬੀ ਬੱਚੇ ਨੂੰ ਇੰਜੀਨੀਅਰ ਜਾਂ ਡਾਕਟਰ ਨਹੀਂ ਬਣਾ ਸਕਦੀ। ਪ੍ਰੋਫੈਸ਼ਨਲ ਲੈਵਲ 'ਤੇ ਮੈਂ ਕਹਿੰਦੀ ਹਾਂ ਬੱਚਿਆਂ ਨੂੰ ਜ਼ਰੂਰ ਆਉਣੀ ਚਾਹੀਦੀ ਹੈ, ਜਿੱਥੇ ਕੀ ਕਹਿੰਦੇ ਆ, ਅਗਰ ਤੁਸੀਂ ਦੇਖਿਆ ਜਾਏ ਪਾਰਟ ਆਫ ਜਿੱਦਾਂ ਜਿਸ ਇਨਵਾਇਰਮੈਂਟ 'ਚ ਅਸੀਂ ਕੰਮ ਕਰ ਰਹੇ ਹਾਂ, ਹਰ ਸੈਕਟਰ 'ਚ ਪਾਰਟ ਆਫ ਕਟਿੰਗ ਦ ਕੋਸਟ ਹੈਗਾ ਕਿ ਲੈਂਗੁਏਜ ਸਪੀਕਿੰਗ ਸਟਾਫ ਹੋਣਾ ਚਾਹੀਦਾ, ਮੋਰ ਮਲਟੀਲਿੰਗੁਅਲ ਯੂ ਆਰ, ਬੈਟਰ ਯੂ ਆਰ ਐਜ਼ ਅ ਲਾਈਕ ਯੂ ਕੈਨ ਸੈਲ ਯੋਰਸੈਲਫ ਇਨ ਐਨੀ ਇੰਪਲੋਇਮੈਂਟ ਸੈਕਟਰ। ਹਾਂਜੀ, ਉਹਨਾਂ ਦਾ ਇਹਦਾ ਵੀ ਕਹਿਣ ਦਾ ਹੋਣਾ ਮਤਲਬ ਸੀ, ਮੈਨੂੰ ਲੱਗਦਾ ਥੋੜ੍ਹਾ ਜਿਹਾ ਕਿ ਘਰਾਂ ਦੇ ਵਿੱਚ ਤਾਂ ਅਸੀਂ ਬੋਲਦੇ ਹੀ ਹਾਂ, ਸਾਡਾ ਮਕਸਦ ਆ ਕਿ ਸ਼ਾਇਦ ਅਸੀਂ ਉਹਦੇ ਵਿੱਚ ਡਾਕਟਰ ਨਹੀਂ ਬਣ ਸਕਦੇ, ਅੱਗੇ ਤੱਕ ਨਹੀਂ ਪੰਜਾਬੀ ਬੋਲਣੀ ਹੋਣੀ ਚਾਹੀਦੀ। ਅਸੀਂ ਪੇਸ਼ੈਂਟਸ ਨੂੰ ਤਾਂ ਅੰਡਰਸਟੈਂਡ ਕਰ ਸਕਦੇ ਹਾਂ ਨਾ, ਅਸੀਂ ਆਪਣੇ ਕਲਾਇੰਟਸ ਨੂੰ ਤਾਂ ਟੈਕਲ ਕਰ ਸਕਦੇ ਹਾਂ। ਅਸੀਂ ਕਈ ਵਾਰ, ਮੈਨੂੰ ਇੱਦਾਂ ਲੱਗ ਰਿਹਾ ਕਿ ਕਲਚਰਲੀ ਜਿੱਦਾਂ ਜੇ ਤੁਸੀਂ, ਤੁਹਾਨੂੰ ਆਪਣੀ ਮਾਂ ਬੋਲੀ ਦਾ ਪਤਾ ਹੈ ਜਾਂ ਤੁਹਾਨੂੰ ਆਪਣੇ ਜਿਹੜਾ ਸਾਹਮਣੇ ਵਾਲਾ ਤੁਸੀਂ ਦੇ ਇਮੋਸ਼ਨਸ
ਅੰਡਰਸਟੈਂਡ ਕਰ ਸਕਦੇ ਹੋ ਇਸੇ ਕਰਕੇ ਜਿੱਦਾਂ ਕਿ ਆਪਾਂ ਬ੍ਰੇਕ ਦਾ ਟਾਈਮ ਹੋ ਗਿਆ ਸੀ ਦੁਬਾਰਾ ਵਾਪਸ ਆਉਂਦੇ ਆ ਠੀਕ ਹੈ ਜੀ ਬ੍ਰੇਕ ਵੀ ਲੈਣੀ ਜ਼ਰੂਰੀ ਹੈ ਬ੍ਰੇਕ ਤੋਂ ਬਾਅਦ ਮਿਲਦੇ ਆ ਪ੍ਰੋਗਰਾਮ ਸੋਚ ਚ ਪਲੀਜ਼ ਜੁਆਇਨ ਅਸ ਲਾਈਵ ਵੈਲਕਮ ਬੈਕ ਟੂ ਆ ਪ੍ਰੋਗਰਾਮ ਸੋਚ ਤੁਸੀਂ ਦੇਖ ਰਹੇ ਹੋ ਲਾਈਵ ਤਾਂ ਪ੍ਰੋਗਰਾਮ ਨੂੰ ਫਿਰ ਤੋਂ ਸ਼ੁਰੂ ਕਰਦੇ ਹਾਂ ਸਾਡੇ ਕਾਲਰ ਹੈਗੇ ਨੇ ਮੈਂ ਕਾਲ ਲੈਂਦੀ ਹਾਂ ਹੈਲੋ ਜੀ ਹੈਲੋ ਜੀ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਮੈਂ ਪ੍ਰੋਗਰਾਮ ਸੁਣ ਰਹੀ ਹਾਂ ਹਾਂਜੀ ਅਤੇ ਤੁਸੀਂ ਇੱਥੋਂ ਦੇ ਬੱਚਿਆਂ ਵਾਸਤੇ ਸ਼ੋਅ ਕਰ ਰਹੇ ਹੋ ਨਹੀਂ ਥਰੂ ਆਊਟ ਦੇ ਬੱਚੇ ਇਹਨਾਂ ਵਾਸਤੇ ਪੰਜਾਬੀ ਦੀ ਗੱਲ ਕਰ ਰਹੇ ਹੋ ਨਹੀਂ ਸਾਰੇ ਪਾਸੇ ਇਹ ਪ੍ਰੋਬਲਮ ਹੈ ਬਿਲਕੁਲ ਤੁਸੀਂ ਬਹੁਤ ਅੱਛਾ ਪੁਆਇੰਟ ਲੈ ਕੇ ਆਏ ਹੋ ਕਿਉਂਕਿ ਇੱਥੋਂ ਦੇ ਬੱਚੇ ਜਿਹੜੇ ਆ ਨਾ ਉਹਨਾਂ ਨੂੰ ਆਦਤ ਹੈਗੀ ਇੰਗਲਿਸ਼ ਬੋਲਣ ਦੀ ਹਾਂਜੀ ਜੇ ਅਸੀਂ ਆਪਣੇ ਮਾਂ ਬਾਪ ਸ਼ੁਰੂ ਕਰਾਂਗੇ ਆਪਣੇ ਬੱਚਿਆਂ ਨਾਲ ਬੋਲਣਾ ਤੇ ਉਹ ਜਿਹੜੀ ਕਮਿਊਨੀਕੇਸ਼ਨ ਸਾਡੀ ਨਾ ਬਹੁਤ ਵਧੀਆ ਉਹਦੇ ਨਾਲ ਹੋ ਸਕਦੀ ਹੈ ਹਾਂਜੀ ਤੁਹਾਨੂੰ ਕਿੱਥੇ ਨਾ ਕਿੱਥੇ ਇੱਦਾਂ ਵੀ ਲੱਗਦਾ ਕਿ ਜਿਹੜੀ ਇਮੋਸ਼ਨਸ ਦੀ ਅੰਡਰਸਟੈਂਡਿੰਗ ਹੈ ਉਹ ਬੈਟਰ ਹੋ ਜਾਂਦੀ ਹੈ ਹਾਂਜੀ 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 ਬਿਲਕੁਲ ਬਿਲਕੁਲ ਤੁਸੀਂ ਇਹ ਦੇਖੋ ਆਪਣੇ ਬੱਚੇ ਇੰਡੀਆ ਜਾਂਦੇ ਆ ਨਾ ਹਾਂਜੀ ਤੇ ਉਹ ਇੰਡੀਆ ਜਾ ਕੇ ਉਹ ਕਿਸੇ ਨਾਲ ਨਾ ਮਿਕਸ ਅਪ ਨਹੀਂ ਹੋ ਸਕਦੇ ਹੈਗੇ ਹਾਂਜੀ ਜਿਹੜੇ ਪੰਜਾਬੀ ਘਰ ਨਹੀਂ ਬੋਲਦੇ ਬਿਲਕੁਲ ਔਰ ਉਹ ਕਿੱਥੇ ਨਾ ਕਿੱਥੇ ਇੱਦਾਂ ਵੀ ਲੱਗਦਾ ਕਿ ਜਿਹੜੀ ਆਪਣੀ ਫੈਮਿਲੀਜ਼ ਇੰਡੀਆ 'ਚ ਹੈਗੀਆਂ ਉਹਨਾਂ ਨੂੰ ਕਿੱਥੇ ਨਾ ਕਿੱਥੇ ਇੱਦਾਂ ਲੱਗਦਾ ਕਿ ਇਹ ਸਾਡੇ ਨਾਲ ਬੋਲਣਾ ਨਹੀਂ ਚਾਹੁੰਦੇ ਪਰ ਲੱਗਦਾ ਹਾਂਜੀ ਪਰ ਅਸਲ ਰੀਜ਼ਨ ਕੁਝ ਹੋਰ ਹੈਗਾ ਹਾਂ ਅਸਲ ਰੀਜ਼ਨ ਇਹੋ ਹੀ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾਉਣ ਦੀ ਕੋਸ਼ਿਸ਼ ਹੀ ਨਹੀਂ ਕਰਦੇ ਹਾਂਜੀ ਕਈ ਮਾਵਾਂ ਦੇਖੀਆਂ ਕਿ ਉਹ ਆਪਣੇ ਬੱਚਿਆਂ ਨਾਲ ਨਾ ਇੰਗਲਿਸ਼ ਬੋਲਣਗੀਆਂ ਉਹ ਕਿਉਂਕਿ ਪੇਸ਼ੈਂਸ ਨਹੀਂ ਹੈਗਾ ਜਾਂ ਟਾਈਮ ਨਹੀਂ ਹੈਗਾ ਨਹੀਂ ਨਹੀਂ ਉਹਨਾਂ ਨੂੰ ਪਤਾ ਕੀ ਲੱਗਦਾ ਆ ਜਿਨ੍ਹਾਂ ਨੂੰ ਮੈਂ ਜਾਣਦੀ ਆ ਹਾਂਜੀ ਉਹਨਾਂ ਨੇ ਉਹਨਾਂ ਨੂੰ ਪੰਜਾਬੀ ਬੋਲਣ 'ਚ ਨਾ ਸ਼ਰਮ ਆਉਂਦੀ ਆ ਪਰ ਜਿਸ ਤਰ੍ਹਾਂ ਕਿ ਪਹਿਲੇ ਕਾਲਰਸ ਸ਼ਰਮ ਆਉਂਦੀ ਜਦੋਂ ਆਪਾਂ ਨਾ ਕਾਫੀ ਸਾਰੇ ਇਕੱਠੇ ਮੈਂ ਗੁਰਦੁਆਰੇ ਸੀ ਬੈਠੀ ਆਪਾਂ ਥੱਲੇ ਪੌੜੀਆਂ ਉਤਰ ਰਹੇ ਸੀਗੇ ਤੇ ਉਹ ਬੱਚੇ ਨਾਲ ਨਾ ਆਪਣੀ ਮੰਮੀ ਇੰਗਲਿਸ਼ ਵਿੱਚ ਗੱਲ ਕਰ ਰਹੇ ਸੀ ਤੇ ਮੈਂ ਉਹਨੂੰ ਕਹਿਤਾ ਮੈਂ ਕਿਹਾ ਪਲੀਜ਼ ਤੁਸੀਂ ਉਹਦੇ ਨਾਲ ਪੰਜਾਬੀ ਤਾਂ ਗੱਲ ਕਰੋ ਤੇ ਤਾਂ ਕਿ ਉਹ ਤਾਂ ਪੰਜਾਬੀ ਬੋਲੇ ਤੁਹਾਨੂੰ ਆਉਂਦੀ ਹੈ ਪੰਜਾਬੀ ਤੁਸੀਂ ਉਹਦੇ ਨਾਲ ਪੰਜਾਬੀ 'ਚ ਗੱਲ ਕਰੋ ਲੇਕਿਨ ਉਹ ਕਹਿੰਦੀ ਨਹੀਂ ਮੈਂ ਕਹਿੰਦੀ ਮੈਨੂੰ ਕਹਿੰਦੀ ਇੰਗਲਿਸ਼ ਚੰਗੀ ਲੱਗਦੀ ਆ ਗੱਲ ਕੁਛ ਵੀ ਨਹੀਂ ਕਈ ਜਨਾਨੀਆਂ ਜਾਣ ਕੇ ਨਹੀਂ ਬੋਲਦੀਆਂ ਆਪਣੇ ਘਰ ਵਿੱਚ ਉਹਨਾਂ ਨੂੰ ਆਉਂਦੀ ਹੁੰਦੀ ਪੰਜਾਬੀ ਲੇਕਿਨ ਉਹਨਾਂ ਨੂੰ ਸ਼ਰਮ ਆਉਂਦੀ ਆ ਪੰਜਾਬੀ ਬੋਲਣ ਵਿੱਚ ਤੁਸੀਂ ਘਰ ਦੀ ਗੱਲ ਕਰਦੇ ਹੋ ਅਸੀਂ ਪ੍ਰੋਫੈਸ਼ਨਲ ਲੈਵਲ ਤੇ ਦੇਖਦੇ ਆ ਇਦਾਂ ਹੁੰਦਾ ਹੈ ਕਿ ਕਈ ਬਹੁਤ ਅੱਛੀ ਫਲੂਐਂਟ ਪੰਜਾਬੀ ਬੋਲ ਸਕਦੇ ਆ ਪਰ ਪ੍ਰੋਫੈਸ਼ਨਲ ਲੈਵਲ ਤੇ ਉਹ ਨਹੀਂ ਬੋਲਣਾ ਚਾਹੁੰਦੇ ਨਹੀਂ ਬੋਲਣਾ ਚਾਹੁੰਦੇ ਕਈ ਵਾਰੀ ਆਪਾਂ ਦੇਖੀ ਆ ਕਿ ਜਿਨ੍ਹਾਂ ਜੀ ਕਈ ਡਾਕਟਰ ਵਗੈਰਾ ਨਰਸਿਸ ਜੇ ਇੰਡੀਆ ਹਾਂਜੀ ਤੇ ਇੰਡੀਆ ਵਿੱਚ ਬੱਚੇ ਜਿਹੜੇ ਆ ਨਾ ਮੈਂ ਬਹੁਤ ਸਾਰੇ ਦੇਖੇ ਆ ਜਿਹੜੇ ਵੱਖਰੇ ਵੱਖਰੇ ਰਹਿੰਦੇ ਨੇ ਅਲੱਗ ਥਲੱਗ ਰਹਿੰਦੇ ਨੇ ਕਿਉਂਕਿ ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਦਾਦੀ ਨਾਲ ਦਾਦੇ ਨਾਲ ਉਹ ਗੱਲ ਹੀ ਨਹੀਂ ਕਰ ਸਕਦੇ ਹੁਣ ਦਾਦੀ ਨਾਨੀ ਉਹ ਕਿੰਨਾ ਪਿਆਰ ਕਰਦੇ ਨੇ ਬਿਲਕੁਲ ਬਿਲਕੁਲ ਉਹੀ ਤਾਂ ਕਹਿ ਰਹੇ ਆ ਕਿ ਉਹ ਇਮੋਸ਼ਨਲ ਜਿਹੜੀ ਅੰਡਰਸਟੈਂਡਿੰਗ ਹੈ ਉਹ ਨਹੀਂ ਹੋ ਪਾ ਰਹੀ ਉਹ ਰਿਲੇਸ਼ਨਸ਼ਿਪਸ ਡੈਮੇਜ ਹੁੰਦੇ ਜਾ ਰਹੇ ਨੇ ਦੂਸਰੀ ਗੱਲ ਸਾਡਾ ਹੁਣ ਗੁਰੂ ਗ੍ਰੰਥ ਸਾਹਿਬ ਆ ਉਹ ਹੈ ਹੀ ਪੰਜਾਬੀ ਵਿੱਚ ਬਿਲਕੁਲ ਤੇ ਜੇ ਉਹ ਪੰਜਾਬੀ ਨਹੀਂ ਉਹਨਾਂ ਨੂੰ ਆਏਗੀ ਤੇ ਉਹ ਕਿਵੇਂ ਸਮਝਣਗੇ ਗੁਰੂ ਬਿਲਕੁਲ ਮੈਂ ਤੁਹਾਨੂੰ ਉਹੀ ਤਾਂ ਕਹਿ ਰਹੀ ਆ ਕਿ ਇਹ ਇੱਕ ਬਹੁਤ ਅੱਗੇ ਸਾਡੀ ਫਿਊਚਰ ਜਨਰੇਸ਼ਨ ਲਈ ਵਰਿੰਗ ਸਿਚੁਏਸ਼ਨ ਆ ਰਹੀ ਹੈ ਹਨਾ ਜੇ ਅਸੀਂ ਇਸ ਚੀਜ਼ ਨੂੰ ਨਾ ਸਾਂਭਿਆ ਤਾਂ ਕੀ ਕਹਿੰਦੇ ਆ ਕਿ ਸਾਡੀ ਸਿੱਖੀ ਕੀ ਗੁਰਦੁਆਰਾ ਸਾਹਿਬ 'ਚ ਉਸ ਹਿਸਾਬ ਨਾਲ ਪਾਠ ਹੋਣਗੇ ਜਿਹੜੀ ਅੱਜ ਅਸੀਂ ਗੁਰਬਾਣੀ ਨੂੰ ਸਮਝਦੇ ਹਾਂ ਜਿਹੜੇ ਇੰਡੀਆ ਤੋਂ ਗੱਲ ਸੁਣੋ 10ਵੀਂ ਤੱਕ ਤੇ ਸਾਨੂੰ ਜ਼ਰੂਰ ਹੀ ਬਿਲਕੁਲ ਬੇਸਿਕ ਜਿਹੜੀ ਨਾ ਪੰਜਾਬੀ ਉਹ ਤਾਂ ਜ਼ਰੂਰ ਸਿਖਾਉਣੀ ਚਾਹੀਦੀ ਅਸੀਂ ਆਪ ਪੜ੍ਹੀ ਹੋਈ ਹੈ ਅਸੀਂ ਆਪ ਮੇਰੀ ਗ੍ਰੈਂਡ ਡਾਟਰ ਆ ਤੁਸੀਂ ਉਹਦੀ ਪੰਜਾਬੀ ਸੁਣੋ ਹੈਰਾਨ ਹੋ ਜਾਓਗੇ ਕਿ ਉਹ ਕਿੰਨੀ ਸੋਹਣੀ ਪੰਜਾਬੀ ਬੋਲਦੀ ਆ ਮੇਰੀ ਭੈਣ ਜੀ ਤੁਹਾਨੂੰ ਕੀ ਲੱਗਦਾ ਕੀ ਉਪਰਾਲੇ ਹੋਰ ਕਰਨੇ ਚਾਹੀਦੇ ਸਾਡੀ ਕਮਿਊਨਿਟੀ ਨੂੰ ਕੀ ਉਪਰਾਲੇ ਹੋਣੇ ਹੋਰ ਚਾਹੀਦੇ ਹਰ ਇੱਕ ਸਕੂਲ ਵਿੱਚ ਵੈਸੇ ਨਾ ਮੈਨੂੰ ਜਿਹੜੀ ਕਮੀ ਮਹਿਸੂਸ ਹੁੰਦੀ ਹੈ ਨਾ ਸਾਊਥ ਹਾਲ ਵਿੱਚ ਹੁਣ ਦੋ ਕੁ ਸਕੂਲ ਖੁੱਲ ਗਏ ਨੇ ਆਪਣੇ ਸਿੱਖਾਂ ਦੇ ਖਾਲਸਾ ਸਕੂਲ ਵਿੱਚ ਗੋਰੇ ਵੀ ਪੜ੍ਹਦੇ ਨੇ ਕਿਉਂਕਿ ਪੜ੍ਹਾਈ ਸਾਡਾ ਲੈਵਲ ਕਾਫੀ ਅੱਛਾ ਹੈਗਾ ਆ
ਤੇ ਸਾਡੇ ਇੱਧਰ ਲੰਡਨ ਵਿੱਚ ਜਿੱਥੇ ਅਸੀਂ ਰਹਿੰਦੇ ਹਾਂ ਮੈਨਰ ਪਾਰਕ ਈਸਟ ਲੰਡਨ ਵਿੱਚ, ਇੱਥੇ ਸਾਡਾ ਕੋਈ ਸਕੂਲ ਨਹੀਂ ਹੈਗਾ, ਚਿਗਲਵਿਲ ਚ ਹੈਗਾ, ਇੱਧਰ ਨਹੀਂ ਹੈਗਾ। ਮੈਂ ਨਾ ਸੋਰੀ, ਆਈ ਐਮ ਸੋ ਸੋਰੀ, ਮੈਨੂੰ ਕਾਲਸ ਬਹੁਤ ਜ਼ਿਆਦਾ ਕਿਊ ਚ ਲੱਗੇ ਹੋਏ ਨੇ, ਮੈਂ ਤੁਹਾਡੇ ਵਿਊਜ਼ ਲੈ ਲੈਣੇ। ਥੈਂਕ ਯੂ ਸੋ ਮੱਚ ਇੰਡੀਡ ਫੋਰ ਯੋਰ ਟੈਲੀਫੋਨ ਕਾਲ ਐਂਡ ਐਕਸਪ੍ਰੈਸਿੰਗ ਯੋਰ ਸੈਲਫ, ਪਲੀਜ਼ ਡੂ ਕਮ ਅਗੇਨ, ਤਾਂ ਮੈਂ ਇੱਥੇ ਕਾਲ ਦੂਸਰਾ ਲੈਂਦੀ ਹਾਂ। ਹੈਲੋ 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 ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਮੈਂ ਸਵਿਟਜ਼ਰਲੈਂਡ ਤੋਂ ਬੋਲ ਰਿਹਾ। ਮੈਂ ਤੁਹਾਨੂੰ ਪੋਲਾਈਟਲੀ ਰਿਕੁਐਸਟ ਕਰਦਾ ਕਿ ਤੁਸੀਂ ਪਹਿਲਾਂ ਜੇ ਦੋਨੋਂ ਲੇਡੀਜ਼ ਸਿੱਖ ਹੈਗੀਆਂ ਤਾਂ ਤੁਹਾਨੂੰ ਦੁਪੱਟਾ ਸਿਰ ਤੇ ਲੈਣਾ ਚਾਹੀਦਾ, ਕਿਉਂਕਿ ਅਕਾਲ ਚੈਨਲ ਦਾ ਜਿਹੜਾ ਪੋਰਟਰੇ ਕਰ ਰਹੇ ਹੋ। ਹੈਲੋ ਜੀ, ਦੇਖੋ ਜੀ, ਜੋ ਕਿ ਕਹਿੰਦੇ ਆ ਸਾਡੀ ਆਈਡੈਂਟੀਟੀ ਹੈ, ਅਸੀਂ ਉਸ ਨਾਲ ਬੈਠੇ ਆ, ਠੀਕ ਹੈ। ਇਹ ਤਾਂ ਹੈ ਨਹੀਂ ਕਿ ਕੀ ਕਹਿੰਦੇ ਆ ਵੀ ਅਸੀਂ ਇੱਦਾਂ ਕਿ ਕੋਈ ਉਹ ਹੈਗਾ, ਦਿਸ ਇਜ਼ ਅ ਸ਼ੋ, ਦੈਟਸ ਹਾਊ ਵੀ ਆਰ। ਤੁਸੀਂ ਅੱਗੇ ਕੀ ਕਹਿਣਾ ਚਾਹੋਗੇ? ਨੈਕਸਟ ਕਾਲ, ਥੈਂਕ ਯੂ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ? ਮੇਰਾ ਨਾਮ ਬਿੰਦਰਾ ਹੈ, ਮੈਂ ਬ੍ਰੈਡਫੋਰਡ ਤੋਂ ਬੋਲ ਰਹੀ ਹਾਂ। ਹਾਂਜੀ, ਥੈਂਕ ਯੂ ਜੀ। ਹਾਂਜੀ, ਜਿਹੜਾ ਤੁਸੀਂ ਟੋਪਿਕ ਰੱਖਿਆ, ਇਟਸ ਵੈਰੀ ਗੁੱਡ, ਥੈਂਕ ਯੂ। ਹਾਂਜੀ, ਖੈਰ ਮੇਰੇ ਤਾਂ ਬੱਚੇ ਹੁਣ ਬੜੇ ਹੋ ਗਏ, ਉਹਨਾਂ ਦਿਨਾਂ ਵਿੱਚ ਕੋਈ ਸਾਧਨਾ ਇੰਨੀ ਨਹੀਂ ਸੀ ਕਿ ਪੰਜਾਬੀ ਬੱਚੇ ਸਿੱਖ ਸਕਦੇ ਜਿੰਨੀ ਹੁਣ ਆ। ਹਾਂਜੀ, ਪਰ ਜਦੋਂ ਇੰਡੀਆ ਜਾਈਦਾ ਨਾ, ਮੈਂ ਕਈ ਵਾਰੀ ਦੇਖਿਆ ਕਿ ਉੱਥੇ ਬੱਚੇ ਇੰਗਲਿਸ਼ ਸਕੂਲਾਂ ਵਿੱਚ ਮਤਲਬ ਜ਼ਿਆਦਾ ਪੜ੍ਹਦੇ ਆ। ਹਾਂਜੀ, ਇੰਗਲਿਸ਼ ਨੂੰ ਜ਼ਿਆਦਾ ਅਹਿਮੀਅਤ ਦਿੰਦੇ ਹੈਗੇ ਆ, ਪਰ ਉਹਦਾ ਰੀਜ਼ਨ ਕੀ ਹੈ? ਰੀਜ਼ਨ ਤਾਂ ਹੁਣ ਮੈਂ ਤਾਂ ਇੱਕੋ ਸੁਣਦੀ ਸੀ ਜਦੋਂ ਜਾਈਦਾ ਕਿ ਉਹਨਾਂ ਨੇ ਬਾਹਰ ਜਾਣਾ, ਜੇ ਉਹਨਾਂ ਨੂੰ ਇੰਗਲਿਸ਼ ਸਿੱਖਣੀ ਜ਼ਰੂਰੀ ਆ। ਅਤੇ ਮਤਲਬ ਇੱਕ ਦੋ ਸਕੂਲ ਮੈਂ ਦੇਖੇ ਆ ਜਿੱਥੇ ਕਿ ਅਲਾਓ ਹੀ ਨਹੀਂ ਹੈਗਾ ਪੰਜਾਬੀ ਬੋਲਣ ਦਾ, ਉਹ ਕਹਿੰਦੇ ਜੀ ਇੰਗਲਿਸ਼ ਹੀ ਬੋਲੋ। ਹਾਂਜੀ, ਤੇ ਉਹ ਚਾਹ ਥਿੰਕ ਇਟ ਵੁੱਡ ਬੀ ਸੈਡ ਇਟ ਇਜ਼, ਬਟ ਇਨ ਅ ਵੇ ਦੈਟ ਡੂ ਯੂ ਥਿੰਕ ਸੋ ਇਟਸ ਪੇਰੈਂਟਸ ਰਿਸਪੋਂਸਿਬਿਲਿਟੀ ਟੂ ਇਨਸ਼ੋਰ ਦੈਟ ਦੇਅਰ ਚਿਲਡਰਨ ਨੀਡ ਟੂ ਲਰਨ ਦਾ ਲੈਂਗੁਏਜ, ਹੂਜ਼ ਰਿਸਪੋਂਸਿਬਿਲਿਟੀ ਇਜ਼ ਇਟ? ਇਹ ਆਪਣੀ ਸਾਰਿਆਂ ਦੀ ਹੈ ਰਿਸਪੋਂਸਿਬਿਲਿਟੀ, ਸੋ ਆਈ ਥਿੰਕ ਫਰਮ ਗਵਰਨਮੈਂਟ ਟੂ ਪੇਰੈਂਟਸ, ਬਟ ਦਾ ਇਨਵਾਇਰਨਮੈਂਟ ਵੀ ਲਿਵਿੰਗ ਇਨ। ਹਾਂਜੀ, ਠੀਕ ਹੈ, ਵੀ ਆਰ ਓਬਵੀਅਸਲੀ ਨਾਟ ਲਿਵਿੰਗ ਇਨ ਇੰਡੀਆ, ਵੀ ਆਰ ਲਿਵਿੰਗ ਆਊਟ ਆਫ ਇੰਡੀਆ। ਹਾਂਜੀ, ਠੀਕ ਹੈ, ਐਂਡ ਇਟਸ ਨਾਟ ਪਾਰਟ ਆਫ ਦ ਕਰਿਕੁਲਮ ਓਵਰ ਹੇਅਰ, ਸੋ ਹੂਜ਼ ਰਿਸਪੋਂਸਿਬਿਲਿਟੀ ਇਜ਼ ਹੇਅਰ ਬਿਕੋਜ਼ ਵੀ ਆਰ ਆਊਟਸਾਈਡ ਇੰਡੀਆ ਨਾਓ। ਇੱਥੇ ਤੇ ਯੈਸ ਯੂ ਰਾਈਟ ਕਿ ਆਪਣੇ ਪੇਰੈਂਟਸ ਹੀ ਹੈਗੇ, ਫਿਰ ਇਟ ਡਿਪੈਂਡਸ ਔਨ ਚਾਈਲਡ ਇਫ ਵੈਲ ਕਿ ਉਹ ਸਿੱਖਣੀ ਚਾਹੁੰਦਾ ਹੈ। ਤੁਹਾਨੂੰ ਇੱਥੇ ਆ ਕੇ ਤੁਸੀਂ ਕਿਹਾ ਕਿ ਜਿਹੜੇ ਰਿਸੋਰਸਿਸ ਹੈ ਜਿਹੜੇ ਟਾਈਮ 'ਚ ਤੁਸੀਂ ਆਏ ਸੀਗੇ, ਹਾਂਜੀ, ਉਸ ਅਗਰ ਉਸ ਟਾਈਮ ਨਾਲ ਕੰਪੇਅਰ ਕਰੀਏ ਅਸੀਂ, ਮੀਨਸ ਆਫ ਕਮਿਊਨੀਕੇਸ਼ਨਸ ਹੈਵ ਇੰਪਰੂਵਡ। ਹਾਂਜੀ, ਬਿਲਕੁਲ, ਠੀਕ ਹੈ, ਰਿਸੋਰਸਿਸ ਆਰ, ਵੀ ਆਰ ਬੈਟਰ ਰਿਸੋਰਸਡ ਨਾਓ ਦੈਨ ਵਾਟ ਵੀ ਵਰ। ਹਾਂਜੀ, ਠੀਕ ਹੈ, ਤੇ ਤੁਹਾਨੂੰ ਤਾਂ ਵੀ ਲੱਗਦਾ ਹੈ ਕਿ ਇਜ਼ ਇਟ ਅ ਲੈਕ ਆਫ ਟਾਈਮ, ਲੈਕ ਆਫ ਪੇਸ਼ੈਂਸ ਔਰ ਲੈਕ ਆਫ ਅੰਡਰਸਟੈਂਡਿੰਗ? ਆਈ ਥਿੰਕ ਲੈਕ ਆਫ ਅੰਡਰਸਟੈਂਡਿੰਗ ਵੀ, ਪੇਸ਼ੈਂਸ ਵੀ, ਕਿਉਂਕਿ ਬੱਚਿਆਂ ਨੂੰ ਐਕਸਟਰਾ ਮਤਲਬ ਕੰਮ ਕਰਨਾ ਪੈਂਦਾ ਹੈ ਨਾ ਕਈ ਵਾਰੀ, ਜਿਸ ਤਰ੍ਹਾਂ ਔਰ ਵੀ ਆਰ ਇਨ ਡਿਨਾਇਲ ਐਜ਼ ਅ ਕਮਿਊਨਿਟੀ ਦੈਟ ਕਿ ਠੀਕ ਹੈ ਆਪਣੇ ਪੰਜਾਬ ਚੰਡੀਗੜ੍ਹ ਜਿੱਦਾਂ ਹੋ ਗਏ ਉਹਨਾਂ ਸਟੇਟਸ ਚ ਤਾਂ ਹੈਗਾ ਆ, ਮੋਸਟਲੀ ਗੱਲ ਵੈਸੇ ਬਾਹਰ ਦੀ ਕਰਦੇ, ਬਾਹਰ ਦੀ ਗੱਲ ਕਰ ਰਹੇ ਬੱਚੇ, ਕਿਉਂਕਿ ਇੱਥੇ ਜਿਹੜੇ ਬੱਚੇ ਬੋਲਦੇ ਨੇ ਜਿੱਦਾਂ ਕਿ ਪਹਿਲੇ ਕਾਲਰ ਨੇ ਕਿਹਾ ਸੀ ਭੈਣ ਜੀ ਨੇ, ਜਿਹੜੇ ਪ੍ਰੀਵੀਅਸ ਕਾਲਰ ਸੀਗੇ, ਕਿ ਸ਼ਰਮ ਮਹਿਸੂਸ ਕਰਦੇ ਆ ਜਿਹੜੇ ਸਾਡੇ ਅੱਜ ਕੱਲ੍ਹ। ਪਰ ਪਰਮਿੰਦਰ ਜੀ, ਮੈਂ ਬੱਚਿਆਂ ਦੇ ਪਰਸਪੈਕਟਿਵ ਤੋਂ ਇੱਕ ਪੁਆਇੰਟ, ਭੈਣ ਜੀ ਮੇਰੇ ਨਾਲ ਅਗਰੀ ਕਰਦੇ ਕਿ ਨਹੀਂ ਕਰਦੇ ਜਾਂ ਵਿਊਅਰਸ, ਬੱਚਿਆਂ ਦੇ ਪਰਸਪੈਕਟਿਵ ਤੋਂ ਇਹ ਲੈ ਕੇ ਆਉਂਗੀ ਕਿ ਕਈ ਵਾਰ ਬੱਚੇ ਬੋਲਣਾ ਚਾਹੁੰਦੇ ਆ, ਉਹਨਾਂ ਦੀ ਫਲੂਐਂਸੀ ਇੰਨੀ ਅੱਛੀ ਨਹੀਂ ਹੁੰਦੀ ਜਾਂ ਵਰਡ ਉਹ ਕੁਛ, ਫਿਰ ਅਸੀਂ ਬੱਚਿਆਂ ਦਾ ਮਖੌਲ ਉਡਾਉਂਦੇ ਆ ਨਾ, ਜਦ ਫਿਰ ਉਹ ਬੱਚੇ ਡੀਮੋਰਲਾਈਜ਼ ਹੁੰਦੇ ਆ ਉਹ ਸੋਚ 'ਚ ਆ ਕੇ, ਫਿਰ ਬੱਚੇ ਬੋਲਦੇ ਨਹੀਂ ਹੈਗੇ। ਤਾਂ ਮੈਂ ਕਹਿੰਦੀ ਜਿਹੜਾ ਬੱਚਾ ਕੋਸ਼ਿਸ਼ ਕਰ ਰਿਹਾ ਨਾ, ਉਹਨੂੰ ਡੀਮੋਰਲਾਈਜ਼ ਨਾ, ਇਨਕਰੇਜ ਕਰਨਾ ਚਾਹੀਦਾ। ਜੇ ਉਹਨਾਂ ਦੀ ਪ੍ਰੋਨਾਊਂਸੀਏਸ਼ਨ ਇੰਨੀ ਕਲੀਅਰ ਨਹੀਂ ਹੈਗੀ ਤਾਂ ਉਹਨਾਂ ਨੂੰ ਰਾਈਟ ਪ੍ਰੋਨਾਊਂਸੀਏਸ਼ਨ ਦੱਸਣੀ ਚਾਹੀਦੀ ਹੈ, ਦੱਸਣੀ ਵੀ ਚਾਹੀਦੀ। ਉਹ ਉੰਨੀ ਵਧੀਆ, ਉਹ 100% ਤਾਂ ਹੋ ਵੀ ਨਹੀਂ ਸਕਦੀ ਪੰਜਾਬੀ ਦੇ ਜਿਹੜੀ ਆ, ਜੋ ਪੰਜਾਬ 'ਚ ਬੋਲੀ ਜਾਂਦੀ ਆ, ਇੱਥੇ ਦੀ ਥੋੜ੍ਹੀ ਜਿਹੀ ਉਹਨਾਂ ਦੀ ਡਿਫਰੈਂਸ ਵੀ। ਹਾਂਜੀ, ਨੈਕਸਟ ਕਾਲ ਕਰਨਾ ਚਾਹੀਦਾ। ਸੌਰੀ, ਹੈਲੋ ਹੈਲੋ ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਹਾਂਜੀ ਹਾਂਜੀ, ਮੈਂ ਹੁਣ ਲਾਈਵ ਹੈਗਾ ਜੀ। ਹਾਂਜੀ, ਅੱਛਾ, ਮੈਂ ਇਹੀ ਕਹਿਣਾ ਚਾਹੁੰਦਾ ਸੀ ਕਿ ਜੀ, ਕਿ ਜੇ ਤੁਸੀਂ ਪੰਜਾਬੀ ਦੇ ਬਾਰੇ ਤੁਸੀਂ ਖਿਆਲ ਦੇ ਰਹੇ ਹੈਗੇ ਆ ਤੇ ਲੈ ਰਹੇ ਹੈਗੇ, ਤੇ ਮੇਰਾ ਖਿਆਲ ਇਹ ਵੀ ਆ ਕਿ ਤੁਸੀਂ
ਇੰਗਲਿਸ਼ ਵਿੱਚ ਆਪ ਕਾਫੀ ਕੰਸੀਡਰੇਬਲੀ ਗੱਲ ਕਰ ਰਹੇ ਹੈਗੇ ਆ ਉਹ ਉਹਦਾ ਇੱਕ ਇਹ ਵੀ ਰੀਜ਼ਨ ਹੈਗਾ ਸੌਰੀ ਮੈਂ ਤੁਹਾਨੂੰ ਇੱਥੇ ਕੱਟ ਕੀਤਾ ਕਿ ਮੈਜੋਰਿਟੀ ਆਫ ਜਿਹੜੇ ਵਿਊਅਰਸ ਹੈਗੇ ਆ ਠੀਕ ਹੈ ਉਹ ਇੰਨੇ ਪੰਜਾਬੀ ਨਹੀਂ ਅੰਡਰਸਟੈਂਡ ਕਰਦੇ ਕਈ ਇੰਗਲਿਸ਼ 'ਚ ਵੀ ਸੋ ਅਸੀਂ ਬੈਸਟ ਆਫ ਬੋਥ ਬੋਲ ਲਈ ਦੀ ਹੈ ਐਂਡ ਮੈਨੂੰ ਨਹੀਂ ਲੱਗਦਾ ਇਸ 'ਚ ਕੋਈ ਹਾਰਮ ਹੈਗਾ ਵੀ ਹੈ ਹੈਲੋ ਉਹਨਾਂ ਨੇ ਸ਼ਾਇਦ ਇਹ ਕਹਿਣਾ ਸੀਗਾ ਵੀ ਥੋੜ੍ਹਾ ਜਿਹਾ ਚਲੋ ਹਰੇਕ ਦੇ ਆਪਣੇ ਵਿਊਜ਼ ਹੈਗੇ ਆ ਹਾਂਜੀ ਤਾਂ ਪਰਮਿੰਦਰ ਜੀ ਮੈਂ ਜਿੱਦਾਂ ਤੁਸੀਂ ਇਹ ਦੇਖਿਆ ਵੀ ਹੈ ਕਿ ਬੱਚੇ ਸਾਡੇ ਪੰਜਾਬੀ ਸਕੂਲਾਂ 'ਚ ਜਾ ਰਹੇ ਹੈ ਹਾਂਜੀ ਠੀਕ ਹੈ ਉਹ ਸਿੱਖਦੇ ਵੀ ਹੈ ਜੀ ਪਰ ਕੀ ਰੀਜ਼ਨ ਹੈ ਉਹ ਫਿਰ ਵੀ ਇੰਨਾ ਫਲੂਐਂਟਲੀ ਨਹੀਂ ਗੱਲ ਕਰ ਸਕਦੇ ਸੌਰੀ ਕਾਲ ਆ ਗਿਆ ਹੈਲੋ ਜੀ ਹੈਲੋ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡੇ ਇਸ ਟੌਪਿਕ ਤੇ ਆਪਣੇ ਬੱਚੇ ਨੂੰ ਪੰਜਾਬੀ ਸਿਖਾਉਣੀ ਕਿਉਂ ਜ਼ਰੂਰੀ ਹੈ ਇਹਦੇ ਬਾਰੇ ਦੋ ਲਫ਼ਜ਼ ਬੋਲਣੇ ਚਾਹੁੰਦਾ ਹਾਂਜੀ ਮੈਨੂੰ ਆਲ ਇੰਡੀਆ ਪੰਜਾਬੀ ਕਾਨਫਰੰਸ ਦੇ ਪ੍ਰਧਾਨ ਗੁਰਬਖਸ਼ ਸਿੰਘ ਪ੍ਰੀਤ ਲੜੀ ਬੋਲਦੇ ਅੱਜ ਵੀ ਮੇਰੇ ਕੰਨਾਂ ਵਿੱਚ ਯਾਦ ਆਉਂਦੇ ਨੇ ਹਾਂਜੀ ਮਨੁੱਖ ਬੋਲੀ ਮੇਰੀ ਸਿਮਰਨ ਹੈ ਮੇਰਾ ਸਿਮਰਨ ਹੈ ਤੇ ਮਾਂ ਬੋਲੀ ਦੇ ਸ਼ਬਦ ਮੇਰੀ ਮਾਂ ਹਨ ਜਿਹਨਾਂ ਲੋਕਾਂ ਨੂੰ ਆਪਣੀ ਬੋਲੀ ਨਾਲ ਪਿਆਰ ਨਹੀਂ ਹੁੰਦਾ ਉਹ ਪਿਆਰ ਹੁੰਦਾ ਹੈ ਉਹ ਦੂਜਿਆਂ ਨੂੰ ਵੀ ਦੂਜਿਆਂ ਦੀ ਬੋਲੀ ਨਾਲ ਵੀ ਪਿਆਰ ਕਰਦੇ ਹਨ ਠੀਕ ਵੈਰੀ ਨਾਈਸ ਮਨੁੱਖ ਇਹਨਾਂ ਆਪਣੀ ਮਾਂ ਬੋਲੀ ਦਾ ਬੱਚਾ ਨਹੀਂ ਹੁੰਦਾ ਜਿੰਨਾ ਆਪਣੀ ਮਾਂ ਦਾ ਬੱਚਾ ਨਹੀਂ ਹੁੰਦਾ ਜਿੰਨਾ ਆਪਣੀ ਮਾਂ ਬੋਲੀ ਦਾ ਬੱਚਾ ਹੁੰਦਾ ਹੈ ਮੈਨੂੰ ਇੱਕ ਯਾਦ ਇੱਕ ਗੱਲ ਹੋਰ ਯਾਦ ਆਉਂਦੀ ਆ ਮੈਨੂੰ ਇੱਕ ਏਅਰਫੋਰਸ ਦੇ ਬੜੇ ਅਫਸਰ ਨਾਲ ਗੱਲ ਕਰ ਮਿਲਣ ਦਾ ਮੌਕਾ ਮਿਲਿਆ ਮੈਂ ਉਹਨਾਂ ਨੂੰ ਚਿੱਠੀ ਲਿਖੀ ਸੀ ਹਾਂਜੀ ਤੇ ਮੈਂ ਉਹਦੇ ਵਿੱਚ ਲਿਖਿਆ ਸੀ ਕਿ ਮੈਂ ਪੰਜਾਬੀ 'ਚ ਬੋਲਣਾ ਚਾਹੁੰਦਾ ਹਾਂ ਤੇ ਉਸ ਵੇਲੇ ਏਅਰਫੋਰਸ ਦੀ ਜਿਹੜੀ ਜ਼ਬਾਨ ਸੀ ਅੰਗਰੇਜ਼ੀ ਸੀ ਹਾਂਜੀ ਤੇ ਉਹਨਾਂ ਉਹ ਮੇਰੇ ਨਾਲ ਪਹਿਲਾਂ ਗੁੱਸੇ ਹੋਏ ਬਹੁਤ ਕਹਿੰਦੇ ਮੈਂ ਪੰਜਾਬੀ ਨਹੀਂ ਮੈਂ ਗੁਜਰਾਤੀ ਹਾਂ ਤੇ ਤੂੰ ਫਿਰ ਉਹ ਉਹਨਾਂ ਨੂੰ ਦੱਸ ਮੈਂ ਉਹਨੂੰ ਕਿਹਾ ਵੀ ਮੈਂ ਇਸ ਕਰਕੇ ਪੰਜਾਬ ਲਿਖਿਆ ਸੀ ਤੇ ਪੰਜਾਬੀ ਵਿੱਚ ਬੋਲਣਾ ਚਾਹੁੰਦਾ ਕਿ ਮੈਂ ਆਪਣੇ ਆਪ ਨੂੰ ਐਕਸਪ੍ਰੈਸ ਬੈਟਰ ਕਰ ਸਕਦਾ ਤਾਂ ਉਹ ਮੰਨ ਗਿਆ ਕਹਿੰਦਾ ਤੂੰ ਪੰਜਾਬੀ 'ਚ ਬੋਲ ਹੁਣ ਪਰ ਮੈਂ ਕਿਹਾ ਮੈਂ ਅੰਗਰੇਜ਼ੀ 'ਚ ਬੋਲ ਸਕਦਾ ਮੈਂ ਪੰਜਾਬੀ 'ਚ ਬੋਲਣ ਤੋਂ ਇਨਕਾਰ ਕਰ ਦਿੱਤਾ ਤੇ ਉਹ ਬੜੇ ਕਾਇੰਡ ਸੀ ਤੇ ਉਹਨੇ ਮੇਰੀ ਗੱਲ ਮੰਨ ਲਈ That's nice. ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਤੁਸੀਂ ਆਪਣੇ ਵਿਊ ਸਾਨੂੰ ਦੱਸੇ ਆ ਤੇ ਫਿਰ ਵੀ ਆਉਂਦੇ ਰਹਿਣਾ ਕੀ ਕਹਿੰਦੇ ਆ ਪਰਮਿੰਦਰ ਜੀ ਜਿੱਦਾਂ ਹੁਣ ਤੁਸੀਂ ਦੇਖੋ ਕਿ ਉਹਨਾਂ ਨੇ ਐਕਸਪ੍ਰੈਸ਼ਨ ਦੀ ਗੱਲ ਕੀਤੀ ਕਿ ਜਿਸ ਤਰ੍ਹਾਂ ਕਿ ਉਹਨਾਂ ਨੇ ਕਿਹਾ ਕਿ ਅਸੀਂ ਪੰਜਾਬੀ ਦੇ ਵਿੱਚ ਜਦੋਂ ਬੋਲਾਂਗੇ ਕਿਉਂਕਿ ਜਿਹੜਾ ਐਕਸਪ੍ਰੈਸ ਜਿਹੜੀ ਸਾਡੀ ਫੀਲਿੰਗ ਆ ਉਹ ਅਸੀਂ ਵਧੀਆ ਕਰ ਸਕਦੇ ਹਾਂ ਕਿਉਂਕਿ ਜਦੋਂ ਤੁਸੀਂ ਇੰਗਲਿਸ਼ ਦੇ ਵਿੱਚ ਪੰਜਾਬੀ ਦੇ ਟ੍ਰਾਂਸਲੇਟ ਕਰਕੇ ਬੋਲਦੇ ਉਹ ਫੀਲਿੰਗ ਉਹਦੀਆਂ ਆਉਂਦੀਆਂ ਹਾਂਜੀ ਨੈਕਸਟ ਕਾਲ ਰੈਡੀ ਸੌਰੀ ਹੈਲੋ ਜੀ ਹੈਲੋ ਹਾਂ ਬੀਬੀ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਦੋਨਾਂ ਬੀਬੀਆਂ ਨੂੰ ਤੇ ਸਾਰੇ ਸਰੋਤਿਆਂ ਨੂੰ ਮੇਰੀ ਵੱਲੋਂ ਹਾਂਜੀ ਮੈਂ ਬਲਿਹਾਰ ਸਿੰਘ ਰੰਧਾਵਾ ਬੋਲਦਾ ਜੀ ਹਾਂਜੀ ਹਾਂਜੀ ਤੁਸੀਂ ਉੱਤੇ ਲਿਖਿਆ ਹੋਇਆ ਵੀ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾਉਣੀ ਕਿਉਂ ਜ਼ਰੂਰੀ ਆ ਹਾਂਜੀ ਉਹ ਇੰਨਾ ਜ਼ਰੂਰੀ ਆ ਜਿਵੇਂ ਬੱਚਾ ਆਪਣੀ ਮਾਂ ਨੂੰ ਮਾਂ ਕਹਿੰਦਾ ਕਹਿਣਾ ਜ਼ਰੂਰੀ ਆ ਉਹ ਕੁਛ ਹੋਰ ਨਾ ਕਹੇ ਚਾਚੀ ਤਾਈ ਜਾਂ ਹੋਰ ਕੋਈ ਨਾਂ ਨਾ ਪੁਕਾਰੇ ਆਪਣੀ ਮਾਂ ਨੂੰ ਮਾਂ ਕਹੇ ਜਿੱਦਾਂ ਕਿ ਇਸ ਤਰ੍ਹਾਂ ਕਿ ਚਾਚੀ ਤਾਈ ਜੇ ਕਹੂਗਾ ਤੇ ਉਹ ਫੀਲਿੰਗ ਨਹੀਂ ਆਉਣੀ ਆ ਮਾਂ ਦੀ ਜਿਹੜੀ ਹੁੰਦੀ ਆ ਉਹ ਫੀਲਿੰਗ ਨਹੀਂ ਆਉਣੀ ਹਾਂਜੀ ਇਸੇ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਬੀਬੀ ਜੀ ਤੁਸੀਂ ਸਾਨੂੰ ਸਵਾਲ ਪੁੱਛਿਆ ਇੱਕ ਬੇਨਤੀ ਦੇ ਤੌਰ ਤੇ ਮੈਂ ਕਹਿੰਦਾ ਜੇ ਬੱਚਿਆਂ ਦੇ ਨਾਲ ਤੁਸੀਂ ਕਿਹਾ ਉਹਨਾਂ ਨੂੰ ਡਿਮੋਰਲਾਈਜ਼ ਨਹੀਂ ਕਰਨਾ ਚਾਹੀਦਾ ਬੱਚਿਆਂ ਨੂੰ ਹਾਂਜੀ ਤੁਹਾਡੇ ਨਾਲ ਇੱਕ ਬੀਬੀ ਬੋਲ ਕੇ ਗਈ ਆ ਉਹਨਾਂ ਨੂੰ ਸ਼ਾਇਦ ਅੰਗਰੇਜ਼ੀ ਨਾ ਆਉਂਦੀ ਉਹ ਪੰਜਾਬੀ 'ਚ ਗੱਲ ਕਰ ਰਿਹਾ ਸੀ ਤੁਸੀਂ ਉਹਦਾ ਜਵਾਬ ਇੰਗਲਿਸ਼ ਵਿੱਚ ਦੇ ਰਹੇ ਨਹੀਂ ਉਹ ਇੰਗਲਿਸ਼ 'ਚ ਵੀ ਬੋਲੇ ਆ ਨਹੀਂ ਨਹੀਂ ਉਹ ਮੈਂ ਕਹਿੰਦਾ ਵੀ ਤੁਸੀਂ ਮੈਂ ਜਿਹੜੀ ਬੇਨਤੀ ਕਰਦਾ ਨਾ ਤੁਸੀਂ ਵੀ ਆਪਣੇ ਜਿਹੜੇ ਤੁਹਾਡੇ ਕਾਲਰ ਆ ਉਹਨਾਂ ਨੂੰ ਡਿਮੋਰਲਾਈਜ਼ ਨਾ ਕਰੋ ਆਪ ਤੁਸੀਂ ਆਪੋ ਵਿੱਚ ਹੀ ਪੰਜਾਬੀ ਬੋਲਦੀ ਆ ਤੇ ਆਪਣੇ ਕਾਲਰਾਂ ਦੇ ਨਾਲ ਤੁਸੀਂ ਅੰਗਰੇਜ਼ੀ ਬੋਲਦੀ ਆ ਮਿਹਰਬਾਨੀ ਕਰਕੇ ਨਾ ਤੁਹਾਨੂੰ ਬੇਨਤੀ ਕਰ ਸਕਦਾ ਆਪਣੀ ਮਾਂ ਇੰਨਾ ਨੀ ਮਾਣਾ ਦਿਖਾਓ ਜਿੰਨਾ ਤੁਸੀਂ ਦਿਖਾ ਰਹੀ ਆ ਪੰਜਾਬੀ ਆ ਦੁਨੀਆਂ ਦੀ 13ਵੀਂ ਜ਼ਬਾਨ ਆ ਇਹ ਤੋ ਆਪਣੀ ਮਾਂ ਨੂੰ ਮਾਂ ਕਹੋ ਮਿਹਰਬਾਨੀ ਕਰਕੇ ਨੂੰ ਆਂਟੀ ਦਾ ਹੋਰ ਵਗੈਰਾ ਵਗੈਰਾ ਨਾ ਕਹੋ ਮੇਰੀ ਬੇਨਤੀ ਤੁਹਾਡੇ ਦੋਨਾਂ ਥੈਂਕ ਯੂ ਸੋ ਮਚ ਫੋਰ ਯੋਰ ਵਿਊਜ਼ ਓਕੇ ਥੈਂਕਸ ਹਾਂਜੀ ਹਾਂਜੀ ਉਹਨਾਂ ਦਾ ਮਤਲਬ ਕਹਿਣੇ ਦਾ ਕਿ ਕਈ ਵਾਰੀ ਨਹੀਂ ਆਉਂਦੀ ਹੁੰਦੀ ਲੈਂਗੁਏਜ ਚਲੋ ਠੀਕ ਆ ਕਈ ਵਾਰੀ ਤੁਸੀਂ ਬਿਲਕੁਲ ਅਸੀਂ ਵੀ ਇੱਥੇ ਸਿੱਖਣ ਨੂੰ ਬੈਠੇ ਹੈਗੇ ਆ ਠੀਕ ਆ ਅਗਰ ਤੁਸੀਂ ਦੱਸੋਗੇ ਨਾ ਕਿ ਅਸੀਂ ਕੀ ਕਿੱਥੇ ਇੰਪਰੂਵ ਕਰਨਾ ਤਾਂ ਬਹੁਤ ਉਹਨਾਂ ਦਾ ਵੀ ਅਸੀਂ ਸ਼ੁਕਰੀਆ ਕਰਦੇ ਹਾਂ ਇਹ ਪ੍ਰੋਗਰਾਮ ਦਾ ਆਈਡੀਆ ਵੀ ਇਹੀ ਹੈ ਸੋਚ ਸਾਰਿਆਂ ਦੀ ਸੋਚ ਹਾਂਜੀ ਸੋਚ ਆਪਣੀ ਆਪਣੀ ਲੈ ਕੇ ਉਹਨਾਂ ਦੀ ਸੋਚ ਇਹ ਸੀ ਤਾਂ ਅਸੀਂ ਉਹਨਾਂ ਦੇ ਰਿਸਪੈਕਟ ਕਰਦੇ ਹਾਂ ਵੀਰ ਜੀ ਤੁਹਾਡੇ ਇਹੀ ਹੈ ਕਿ ਅਗਰ ਜਿੱਦਾਂ ਕਿ ਉਹ ਕਹਿੰਦੇ ਕਿ ਅਗਰ ਅਸੀਂ ਘਰ ਦੇ ਵਿੱਚ ਬੋਲਾਂਗੇ ਤੇ ਉਹ ਉੱਥੋਂ ਅਸੀਂ ਜਿਹੜੇ ਸੋਲਿਡ ਹੋਊਗਾ
ਕਿਉਂਕਿ ਜਦੋਂ ਅਸੀਂ ਬਾਅਦ ਵਿੱਚ ਵੀ ਲਿਖਦੇ ਹਾਂ ਕਿ ਇੱਥੇ ਬਾਬਾ ਦਾਦੀ ਦੇ ਨਾਲ ਰਹੋਗੇ, ਕਿਉਂਕਿ ਇੱਥੇ ਸਾਡੇ ਜਿਹੜੇ ਪਰਿਵਾਰ ਆ ਉਹ ਵੀ ਜੁੜੇ ਰਹੋਗੇ, ਕਿਉਂਕਿ ਜਦੋਂ ਅਸੀਂ ਕਿਸੇ ਲੜਕੀ ਆਪਣੇ ਸਹੁਰੇ ਘਰ ਜਾਂਦੀ ਆ, ਅਗਰ ਪੇਰੈਂਟਸ ਥੋੜ੍ਹੀ ਜਿਹੀ ਇਹ ਦੇ ਕੇ ਉਹਨਾਂ ਨੂੰ ਭੇਜਣ ਕਿ ਦੇਖੋ ਤੁਸੀਂ ਜੁਆਇੰਟ ਫੈਮਿਲੀ ਦੇ ਵਿੱਚ ਰਹਿਣਾ, ਬੱਚਿਆਂ 'ਤੇ ਬਹੁਤ ਵਧੀਆ ਇਫੈਕਟ ਪੈਂਦਾ, ਬੱਚੇ ਬਹੁਤ ਕੁਛ ਸਿੱਖਦੇ ਆ, ਸਭ ਤੋਂ ਪਹਿਲਾਂ ਤਾਂ ਲੈਂਗੁਏਜ ਸਿੱਖਦੇ ਆ, ਕਿਉਂਕਿ ਜਿਹੜੇ ਗ੍ਰੈਂਡ ਪੇਰੈਂਟਸ ਆ ਉਹਨਾਂ ਦਾ ਵੀ ਇਹ ਆਈਡੀਆ ਹੁੰਦਾ ਆ ਕਿ ਸਾਡੇ ਜਿਹੜੇ ਬੱਚੇ ਆਪਣੇ ਲੈਂਗੁਏਜ ਆਪਣੇ ਕਲਚਰ ਵਿਰਸੇ ਦੇ ਨਾਲ ਜੁੜੇ ਰਹਿਣ। ਵਿਸਾਖੀ ਦਾ ਮੇਲਾ ਆ ਤੇ ਉਹ ਉਸਨੇ ਮੈਨੂੰ ਇਹ ਕਿਹਾ ਕਿ ਇਹ ਬੜੀ ਸ਼ਰਮ ਦੀ ਗੱਲ ਆ ਬੀਏਂਗੇ ਪੰਜਾਬੀ, ਤੇ ਮੈਂ ਕਹਿ ਸਕਦੀ ਹਾਂ ਕਿ ਪੰਜਾਬੀ ਡਾਕਟਰ ਸੀ, ਉਹਨੇ ਕਿਹਾ ਕਿ ਤੁਸੀਂ ਮੇਲੇ 'ਤੇ ਨਹੀਂ ਜਾਣਾ, ਵਿਸਾਖੀ 'ਤੇ ਬੇਸਟ ਆਫ ਟਾਈਮ ਆ ਤੁਹਾਡਾ। ਇਹ ਤੁਸੀਂ ਦੱਸੋ ਕਿ ਉਹ ਡਾਕਟਰ ਜਿਹੜਾ ਕਿ ਆਪ ਪੰਜਾਬੀ ਹੋਵੇ ਇਹ ਗੱਲ ਕਹੇ ਤਾਂ ਕਿੰਨੀ ਸ਼ਰਮ ਦੀ ਸਾਡੇ ਪੰਜਾਬੀਆਂ ਲਈ ਇਹ ਗੱਲ ਆ, ਕਿਉਂਕਿ ਜਦੋਂ ਤੁਸੀਂ ਡਾਕਟਰ ਬਣ ਜਾਂਦੇ ਇਸ ਕੰਟਰੀ ਦੇ ਵਿੱਚ ਆਉਂਦੇ ਆ, ਉਹ ਸੋਚਦੇ ਆ ਕਿ ਬਸ ਅਸੀਂ ਡਾਕਟਰ ਹਾਂ, ਸਾਨੂੰ ਸਾਰੀ ਦੁਨੀਆ ਦਾ ਪਤਾ ਆ, ਸਾਰਾ ਕੁਛ ਸਾਡੇ ਕੋਲ ਨੌਲੇਜ ਹੈਗੀ ਆ, ਸਾਨੂੰ ਆਪਣੀ ਲੈਂਗੁਏਜ ਆਪਣੀ ਮਦਰ ਲੈਂਗੁਏਜ ਜਾਂ ਆਪਣਾ ਕਲਚਰ ਦੇ ਨਾਲ ਜੁੜਨ ਦੀ ਕੋਈ ਜ਼ਰੂਰਤ ਨਹੀਂ ਹੈਗੀ। ਪਰ ਤੁਹਾਨੂੰ ਇਹ ਲੱਗਦਾ ਕਿ ਕਿੱਥੇ ਨਾ ਕਿੱਥੇ ਉਹ ਜਿਹੜੀ ਕਲਾਸ ਹੈਗੀ ਹੈ ਜੀ, ਉਹ ਸੋਸਾਇਟਲ ਪ੍ਰੈਸ਼ਰ ਹੈ, ਉਸ 'ਚ ਅਸੀਂ ਆਪਣੀ ਜਿਹੜੀ ਰੀਅਲ ਆਈਡੈਂਟੀ ਉਹਨੂੰ ਲੂਜ਼ ਕਰਦੇ ਜਾ ਰਹੇ ਹਾਂ, ਬਹੁਤ ਹਾਈ ਪੱਧਰ 'ਤੇ ਲੂਜ਼ ਕਰਦੇ ਜਾ ਰਹੇ ਹਾਂ, ਕਿਉਂਕਿ ਅਸੀਂ ਦੱਸਣਾ ਨਹੀਂ ਚਾਹੁੰਦੇ, ਕਿਉਂਕਿ ਅਸੀਂ ਆ 5-7 ਜਾਂ ਜਿਹੜੇ ਸਾਡੇ ਵਿਊਰਸ ਜਿਹੜੇ ਦੱਸਣਾ ਚਾਹੁੰਦੇ ਆ ਕਿ ਹਾਂ ਸਾਡਾ ਜੀ ਵਿਸਾਖੀ ਦਾ ਤਿਉਹਾਰ ਆ, ਕਿਉਂ ਮਨਾ ਰਹੇ ਹਾਂ। ਪਰਮਿੰਦਰ ਜੀ ਕਾਲ ਲੈਂਦੇ ਆ। ਹੈਲੋ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਭੈਣ ਜੀ, ਮੈਂ ਇੱਥੋਂ ਬੋਲਦੀ ਹਰਜਪੀਲ ਤੋਂ। ਮੈਂ ਦੱਸਣਾ ਚਾਹੁੰਦੀ, ਪੰਜਾਬੀ ਜ਼ਰੂਰੀ ਹੈ ਸਿਖਾਲਣੀ ਆਪਣੇ ਬੱਚਿਆਂ ਨੂੰ। ਹਾਂਜੀ। ਕਿਉਂਕਿ ਦੇਖੋ ਪੰਜਾਬੀ ਵੀ ਕਈ ਥਾਈਂ ਆਪਾਂ ਨੂੰ ਹਸਪੀਟਲਾਂ 'ਚ ਵੀ ਕਈ ਥਾਈਂ ਬੋਲਣੀ ਪੈਂਦੀ ਆ। ਮੇਰਾ ਲੜਕਾ ਵੀ ਡਾਕਟਰ ਹੈ, ਤਾਂ ਉਹਨਾਂ ਜਦੋਂ ਹਸਪੀਟਲ 'ਚ ਕੰਮ ਕਰਦਾ ਸੀ ਤਾਂ ਉਹਨੇ ਕਿਹਾ ਕਿ ਮੇਰੇ ਨਾਮ ਸਤਨਾਮ ਸਿੰਘ ਹੈ, ਤੇ ਮੇਰੇ ਜਦੋਂ ਆਪਣਾ ਬਜ਼ੁਰਗ ਮੂਹਰੇ ਲੇਡੀ ਸੀ, ਕਹਿੰਦੀ ਤੁਸੀਂ ਮੇਰੇ ਨਾਲ ਇੰਗਲਿਸ਼ ਨਹੀਂ ਗੱਲ ਕਰਨੀ, ਪੰਜਾਬੀ 'ਚ ਕਰੋ ਜੀ, ਤੁਹਾਡਾ ਨਾਂ ਦੇਖਿਆ ਸੀ। ਤੇ ਉਹਨੂੰ ਫਿਰ ਪੰਜਾਬੀ ਵਿੱਚ ਗੱਲ ਕਹਿੰਦਾ ਮੈਂ ਕਰੀ ਕੀਤੀ, ਤੇ ਨਾਲੇ ਮੈਨੂੰ ਬੜਾ ਹਾਸਾ ਹੈ ਵੀ ਆਂਟੀ ਨੇ ਮੇਰਾ ਨਾਂ ਪੜ ਲਿਆ ਵਾ, ਇਸ ਕਰਕੇ ਕਹਿੰਦੇ ਕਿ ਤੁਸੀਂ ਪੰਜਾਬੀ 'ਚ ਗੱਲ ਕਰੋ। ਬੱਚਾ ਮੇਰੇ ਇੱਧਰਲੇ ਜੰਮੇ ਪਲੇ ਆ, ਇੱਧਰ ਹੀ ਗ੍ਰੋਥ ਹੋਇਆ, ਪੰਜਾਬੀ ਅੱਛੀ ਤਰ੍ਹਾਂ ਜਾਣਦੇ ਆ, ਪ੍ਰੋਫੈਸ਼ਨਲ ਜੋਬਾਂ ਤੇ ਲੱਗੇ ਆ, ਤੇ ਮੇਰੇ ਤਿੰਨੇ ਬੱਚੇ ਅੱਛੀ ਤਰ੍ਹਾਂ, ਪਤਾ ਵੀ ਨੀ ਲੱਗਦਾ ਕਿ ਇਹ ਇੱਧਰਲੇ ਬਾਹਰ ਨਾ ਜਾਂ ਇੰਡੀਆ ਦੇ। ਭੈਣ ਜੀ, ਉਹਦੇ 'ਚ ਸਭ ਤੋਂ ਵੱਡਾ ਕਿਹਦਾ ਹੱਥ ਆ, ਤੁਹਾਡਾ ਆ, ਪੇਰੈਂਟਸ ਦਾ ਹੱਥ ਹੁੰਦਾ ਆ, ਤੁਸੀਂ ਉਹਨਾਂ ਨੂੰ ਪੰਜਾਬੀ ਸਿਖਾਈ ਆ ਉਹਦੇ ਵਿੱਚ, ਕਿਉਂਕਿ ਕਈ ਵਾਰੀ ਅਸੀਂ ਵੀ ਹਾਂਜੀ ਭਾਜੀ ਦੇਖੋ ਐਸੇ ਵੀ ਡਾਕਟਰ ਬਣ ਸਕਦਾ, ਮੇਰਾ ਲੜਕਾ ਡਾਕਟਰ ਆ, ਤਾਂ ਵੀ ਉਹਨਾਂ ਦੇ ਬੱਚੇ ਜਿਹੜੇ ਆ ਉਹ ਗੁਰਦੁਆਰੇ ਉਹਨਾਂ ਨੂੰ ਭੇਜਦੇ ਆ ਜੀ, ਤੇ ਤੁਸੀਂ ਸਾਰੇ ਆਪਣੇ ਬੱਚਿਆਂ ਨੂੰ ਛੋਟੇ ਛੋਟੇ ਆ ਉਹਨਾਂ ਨੂੰ ਗੁਰਦੁਆਰੇ ਭੇਜਦੇ, ਪੰਜਾਬੀ ਸਿੱਖੋ। ਹਾਂਜੀ, ਕਈ ਵਾਰ ਸਾਡੇ ਵਿਊਜ਼ ਨੇ ਇਹ ਵੀ ਕਿਹਾ ਹੈਗਾ ਨਾ ਸਾਡੇ ਕਾਲਜ ਨੇ ਕਿ ਕਈ ਸ਼ਰਮ ਮਹਿਸੂਸ ਕਰਦੇ ਆ, ਦੇਖੋ ਡਾਕਟਰ ਹੋ ਕੇ ਜੇ ਪੰਜਾਬੀ ਬੋਲੋਗੇ ਤਾਂ। ਉਹ ਕਹਿੰਦਾ ਕਿ ਜੇ ਮੈਂ ਦੇਖਿਆ ਤਾਂ ਮੈਂ ਉਹਦੇ ਨਾਲ ਆਂਟੀ ਜੀ, ਮੈਂ ਕਿਹਾ ਮੈਂ ਸੌਰੀ ਮੰਨਦਾ ਕਿ ਮੈਂ ਪੰਜਾਬੀ, ਤੁਸੀਂ ਮੈਨੂੰ ਦੱਸੋ ਕਿ ਕੀ ਤਕਲੀਫ ਆ। ਹਾਂਜੀ, ਉਹ ਜਿਹੜੇ ਕਿਉਂਕਿ ਕਈ ਵਾਰੀ ਅਸੀਂ ਦੇਖਣ ਨੂੰ ਮਿਲਿਆ, ਅਸੀਂ ਹਸਪੀਟਲਾਂ 'ਚ ਜਾਂਦੇ ਹਾਂ ਜਦੋਂ ਨਰਸਾਂ ਜਿਹੜੀਆਂ ਉਹਨਾਂ ਨੂੰ ਆਉਂਦੀ ਹੁੰਦੀ ਪੰਜਾਬੀ, ਡਾਕਟਰਾਂ ਨੂੰ ਆਉਂਦੀ ਹੁੰਦੀ ਆ, ਬੋਲਦੇ ਨਹੀਂ ਹੈਗੇ ਕਿਉਂਕਿ ਉਹ ਸ਼ਰਮ ਮਹਿਸੂਸ ਕਰਦੇ। ਕਿਉਂਕਿ ਸਾਡੇ ਮੇਰੀ ਨੌਵੀਂ ਡਾਕਟਰ ਆ, ਉਹ ਵੀ ਖੁਦ ਵੀ ਪੰਜਾਬੀ ਲਿਖ ਵੀ ਲੈਂਦੀ, ਪੜ੍ਹ ਵੀ ਲੈਂਦੀ, ਇੱਧਰਲੀ ਬਾਹਰ ਨਾ ਸਾਰੇ ਤਰ੍ਹਾਂ ਤੇ ਜਦੋਂ ਹਸਪੀਟਲਾਂ 'ਚ ਕੰਮ ਕਰਦੀ ਆ ਸਾਰੀ ਜਗ੍ਹਾ ਉਹ ਪੰਜਾਬੀ ਵਾਲਿਆਂ ਨਾਲ ਪੰਜਾਬੀ ਬੋਲਦੀ ਆ। ਬਹੁਤ ਬਹੁਤ ਧੰਨਵਾਦ। ਕਿਉਂਕਿ ਇਸ ਤਰ੍ਹਾਂ ਕਿ ਬੱਚੇ ਜਿਹੜੇ ਘਰ ਦੇ ਵਿੱਚ ਜ਼ਰੂਰੀ ਆ, ਕਿਉਂਕਿ ਅਸੀਂ ਵੀ ਖੁਦ ਪੰਜਾਬੀ, ਅਸੀਂ ਇੱਥੇ ਛੋਟੇ ਹੁੰਦੇ ਆਏ ਸੀ, ਗਾਂ ਸਾਡੇ ਬੱਚੇ ਵੀ ਇੱਧਰ ਜਨਮ ਲਿਆ ਵਾ, ਪਰ ਉਹਨਾਂ ਨੂੰ ਬਹੁਤ ਸਹੀ ਤਰ੍ਹਾਂ ਪੰਜਾਬੀ ਆਉਂਦੀ ਆ। ਹਾਂਜੀ, ਥੈਂਕ ਯੂ। ਲਿਖ ਵੀ ਲੈਂਦੇ ਆ, ਪੜ੍ਹ ਵੀ ਲੈਂਦੇ ਆ, ਮੇਰੀ ਨੌਂਹ ਤਾਂ ਇੱਧਰ ਵੀ ਜੰਮੀ ਪੜ੍ਹੀ ਆ, ਤੇ ਫਿਰ ਵੀ ਉਹ ਪੰਜਾਬੀ ਵਿੱਚ ਗੱਲ ਕਰਦੀ ਆਪਣੇ। ਤੁਹਾਡੀ ਤਾਂ ਸਾਰੇ ਪਰਿਵਾਰ ਨੂੰ ਨਾ ਜੀ ਵਧਾਈ ਦੇ, ਤੁਸੀਂ ਪਾਤਰ ਆ, ਇਦਾਂ ਦੇ ਸਾਰੇ ਪਰਿਵਾਰ ਹੋ ਜਾਣ ਤਾਂ ਸਾਡੀ ਪੰਜਾਬੀ ਬੋਲੀ ਬੁਲੰਦੀਆਂ ਤੇ ਪਹੁੰਚ ਜਾਏ। ਬਹੁਤ ਪ੍ਰਾਊਡ ਆ ਕਿ ਪੰਜਾਬੀ ਦੇ ਨਾਲ ਕੋਈ ਇੰਗਲਿਸ਼ ਨੂੰ ਘਾਟਾ ਨਹੀਂ ਪੈ ਚੱਲਿਆ, ਜਿਨ੍ਹਾਂ ਨੇ ਇੰਗਲਿਸ਼ ਵਿੱਚ ਵੀ ਪ੍ਰੋਫੈਸ਼ਨਲ ਜੋਬਾਂ ਤੇ ਲੱਗਣਾ ਵਾ, ਇਸ ਤਰ੍ਹਾਂ ਦੇ ਵੀ ਪਰਿਵਾਰ ਹੈਗੇ ਆ, ਇਸ ਤਰ੍ਹਾਂ ਦੇ ਕਈ ਪਰਿਵਾਰ ਹੈ, ਕਿਉਂਕਿ ਸਾਨੂੰ ਸਭ ਤੋਂ ਜਿਹੜੀ ਸਾਨੂੰ ਆ ਰਹੀ ਆ ਨਾ ਬਹੁਤ ਮੁਸ਼ਕਲਾਂ ਆ ਰਹੀਆਂ ਆ ਕਿ ਚਾਹੁੰਦੇ ਨਹੀਂ ਹੈਗੇ, ਇਹ ਨਹੀਂ ਕਿ ਸਾਡੇ ਬੱਚੇ ਨਹੀਂ ਸਿੱਖਦੇ, ਸਾਡੇ ਪੇਰੈਂਟਸ ਨਹੀਂ ਚਾਹੁੰਦੇ, ਜਿਹੜੇ ਯੰਗ ਜਨਰੇਸ਼ਨ ਜਿੱਦਾਂ ਕਿ ਭੈਣ ਜੀ ਨੇ ਕਿਹਾ ਸੀ ਉਹ ਬੋਲਦੇ ਨਹੀਂ, ਕਈ ਵਾਰੀ ਇੱਦਾਂ ਦੇ ਪੇਰੈਂਟਸ ਵੀ ਮਿਲੇ ਆ ਜਿਨ੍ਹਾਂ ਨੂੰ ਇੰਗਲਿਸ਼ ਆਪ ਨੂੰ ਆਉਂਦੀ ਨਹੀਂ ਹੁੰਦੀ, ਵਧੀਆ ਨਹੀਂ ਆਉਂਦੀ ਹੁੰਦੀ। ਪਰਮਿੰਦਰ ਜੀ ਕਾਲ ਆ ਗਿਆ, ਕਾਲ ਲੈ ਲਈ। ਹੈਲੋ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੌਣ ਬੋਲ ਰਿਹਾ? ਅਸੀਂ ਆ ਤਾਂ ਦੋਨਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।
ਹਾਂਜੀ ਆਪਾਂ ਦੱਸਣਾ ਤੁਹਾਨੂੰ ਪੰਜਾਬੀ ਦੀ ਗੱਲ ਦੱਸੋ ਜੀ ਪੰਜਾਬੀ ਚ ਹਾਂਜੀ ਹਾਂਜੀ ਮੇਰੀ ਬੇਟੀ ਨੇ ਏ ਲੈਵਲ ਕੀਤੇ ਪੰਜਾਬੀ ਦੇ ਵਧਾਈ ਜੀ ਤੁਹਾਨੂੰ ਇਹ ਤਾਂ ਪਹਿਲਾਂ ਸਭ ਤੋਂ ਤੇ ਤੁਹਾਡੀ ਬੇਟੀ ਨੂੰ ਵੀ ਉਸ ਤੋਂ ਬਾਅਦ ਸਰੀ ਚ ਗਈ ਫਿਰ ਪੀ ਐਚ ਡੀ ਕੀਤੀ ਹਾਂਜੀ ਠੀਕ ਓਕੇ ਹਾਂਜੀ ਹੁਣ ਲੈਕਚਰ ਆ ਉਹ ਵੈਰੀ ਨਾਈਸ ਜੀ ਤੁਸੀਂ ਉਹਨਾਂ ਨੂੰ ਪਹਿਲਾਂ ਤੋਂ ਘਰ ਦੇ ਵਿੱਚ ਛੋਟੇ ਹੁੰਦਿਆਂ ਨੂੰ ਸਿਖਾਉਂਦੇ ਸੀ ਪੰਜਾਬੀ ਬੋਲਣੀ ਲੈ ਕੇ ਜਾਂਦੇ ਸੀ ਸਿੱਖਣ ਲਈ ਜਦੋਂ ਉਹ ਬੋਲਦੇ ਸੀ ਤਾਂ ਉਹਨਾਂ ਨੇ ਸਿੱਖ ਲਈ ਇੱਥੇ ਪਹੁੰਚੀ ਲੜਕੀ ਮਾਤਾ ਦੇ ਤਿੰਨ ਅੰਗ ਦੋ ਪੋਤੇ ਹਾਂਜੀ ਤੇ ਇੱਕ ਪੋਤੀ ਜੀ ਪੋਤੀ ਹੈਗੀ 12 ਸਾਲ ਦੀ ਹਾਂਜੀ ਪੋਤਾ ਹੈਗਾ 14 ਸਾਲ ਦਾ ਜੀ ਹਜੇ ਹੁਣ 8 ਮਹੀਨੇ ਦਾ ਛੋਟਾ ਪੋਤਾ ਹਾਂਜੀ ਤਾਂ ਅਸੀਂ ਉਹ ਜਦੋਂ ਹੈ ਨਾ ਮੈਂ ਇੱਥੇ ਆਪਣਾ ਲਾਗੇ ਹੀ ਘਰ ਆ ਉਹ ਆਪਾਂ ਆਪਣੇ ਕੋਲ ਦੋ ਘਰ ਆ ਹਾਂਜੀ ਜਦੋਂ ਮੈਂ ਜਾਣਾ ਉਹਨਾਂ ਨੂੰ ਸਤਿ ਸ੍ਰੀ ਅਕਾਲ ਕਰਨੀ ਹਾਂਜੀ ਪਰਮਿੰਦਰ ਜੀ ਦੇਖੋ ਓਹੀ ਗੱਲ ਆ ਜਾਂਦੀ ਹੈ ਕਿਉਂਕਿ ਉਹਨਾਂ ਨੂੰ ਦੇਖੋ ਇੰਗਲਿਸ਼ ਨਹੀਂ ਬਹੁਤਾ ਆਉਂਦੀ ਆ ਜਾਂ ਨਹੀਂ ਆਉਂਦੀ ਲੇਕਿਨ ਪੰਜਾਬੀ ਉਹ ਕਹਿੰਦੇ ਬੋਲਦੇ ਸੀ ਜੇ ਘਰ ਚ ਬੋਲਣੀ ਪੰਜਾਬੀ ਸ਼ੁਰੂ ਕਰਦੀ ਹੈ ਤਾਂ ਫੇਰ ਇੰਨੀ ਪ੍ਰੋਬਲਮ ਨਾ ਆਏ ਕਿਉਂਕਿ ਬੱਚਿਆਂ ਨੇ ਬਾਹਰ ਤਾਂ ਬੋਲਣੀ ਇੰਗਲਿਸ਼ ਹੈ ਦੂਸਰੀ ਗੱਲ ਇਹ ਵੀ ਆ ਨਾ ਜਦ ਇਹ ਵੀ ਬਹੁਤ ਇਫੈਕਟ ਪੈ ਰਿਹਾ ਜੇ ਯੰਗ ਜਨਰੇਸ਼ਨ ਆ ਹਾਂਜੀ ਹਸਬੈਂਡ ਵਾਈਫ ਆ ਯੰਗ ਕਪਲ ਹੈਗੇ ਆ ਉਹਨਾਂ ਨੇ ਆਪਸ ਵਿੱਚ ਹਸਬੈਂਡ ਵਾਈਫ ਨੇ ਇੰਗਲਿਸ਼ ਹੀ ਬੋਲਣੀ ਹੈ ਅਗਰ ਪਹਿਲਾਂ ਉਹ ਸ਼ੁਰੂ ਕਰਨ ਪੰਜਾਬੀ ਬੋਲਣੀ ਫਿਰ ਬੱਚੇ ਉੱਥੋਂ ਸਿੱਖੂਗੇ ਫਿਰ ਬੱਚਿਆਂ ਨਾਲ ਬੋਲਣ ਬਿਲਕੁਲ ਇਹ ਵੀ ਬਹੁਤ ਇਫੈਕਟ ਪੈ ਰਿਹਾ ਕਿ ਯੰਗ ਜਨਰੇਸ਼ਨ ਦਾ ਜਿਹੜਾ ਹੋ ਰਿਹਾ ਨਾ ਆਪਸ ਵਿੱਚ ਇੰਗਲਿਸ਼ ਬੋਲਣੀ ਆ ਲੜਾਈ ਵੀ ਇੰਗਲਿਸ਼ ਵਿੱਚ ਕਰਨੀ ਆ ਹਾਂਜੀ ਸਾਰਾ ਇੰਗਲਿਸ਼ ਵਿੱਚ ਅਤੇ ਪੰਜਾਬੀ 'ਚ ਅਗਰ ਤੁਸੀਂ ਬੋਲੂਗੇ ਬੱਚੇ ਜ਼ਰੂਰ ਕੁਛ ਨਾ ਕੁਛ ਸਿੱਖੋ ਕਿਉਂਕਿ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਅਸੀਂ ਤਾਂ ਕੰਮ ਦੇ ਉੱਤੇ ਜਿਹੜੇ ਬਾਕੀ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਸਿਖਾਈ ਆ ਉਹ ਸਿੱਖ ਰਹੇ ਆ ਸਾਡੇ ਆਪਣੇ ਨਹੀਂ ਸਿੱਖ ਰਹੇ ਹਾਂਜੀ ਤੇ ਉਹ ਜਿਹੜਾ ਕਈ ਕਾਲਰਸ ਨੇ ਕਿਹਾ ਜਿੱਦਾਂ ਕਿ ਆਂਦੀ ਹੁੰਦੀ ਹੈ ਹਾਂਜੀ ਪਰ ਜਿੱਦਾਂ ਇੱਕ ਨੇ ਕਿਹਾ ਕਿ ਉਹ ਗੁਰਦੁਆਰੇ ਸੀਗੇ ਤਾਂ ਉਹ ਫੀਮੇਲ ਕਹਿੰਦੀ ਕਿ ਆਈ ਡੋਂਟ ਲਾਈਕ ਸਪੀਕਿੰਗ ਪੰਜਾਬੀ ਸਪੈਸ਼ਲੀ ਫਿਰ ਉਹਦਾ ਮਕਸਦ ਕੀ ਆ ਗੁਰਦੁਆਰੇ ਆਉਣੇ ਦਾ ਅਗਰ ਤੁਸੀਂ ਪੰਜਾਬੀ ਨਹੀਂ ਬੋਲਣੀ ਘਰੋਂ ਚੱਲੇ ਹੋਗੇ ਗੁਰਦੁਆਰੇ ਤਾਂ ਫਿਰ ਇਹ ਹੋ ਗਿਆ ਕਿ ਦਿਖਾਵੇ ਲਈ ਤੁਸੀਂ ਆਉਂਦੇ ਆ ਕਿਉਂਕਿ ਬੱਚੇ ਨੂੰ ਤੁਸੀਂ ਇਹ ਨਹੀਂ ਦੱਸਣਾ ਸਾਡਾ ਕਲਚਰ ਕੀ ਆ ਅਸੀਂ ਗੁਰਦੁਆਰੇ ਕਿਉਂ ਜਾ ਰਹੇ ਹਾਂ ਕਿ ਉੱਥੇ ਬਾਣੀ ਪਾ ਰਹੀ ਆ ਪੰਜਾਬੀ ਦੇ ਵਿੱਚ ਜੇ ਤੁਸੀਂ ਇੰਗਲਿਸ਼ ਦੇ ਵਿੱਚ ਬੱਚੇ ਦੇ ਨਾਲ ਇੰਗਲਿਸ਼ ਬੋਲੂਗੇ ਪਰਮਿੰਦਰ ਜੀ ਤੁਹਾਨੂੰ ਕੀ ਲੱਗਦਾ ਜਿਹੜੇ ਟਾਈਮ 'ਚ ਤੁਸੀਂ ਇਸ ਕੰਟਰੀ 'ਚ ਆਏ ਸੀ ਹਾਂਜੀ ਤਾਂ ਹੁਣ 'ਚ ਤੁਹਾਨੂੰ ਲੱਗਦਾ ਕਿ ਜਿਹੜੀ ਲੈਂਗੁਏਜ ਹੈ ਉਹ ਪੰਜਾਬੀ ਜਿਹੜੀ ਉਸ ਟਾਈਮ 'ਤੇ ਬੋਲਦੇ ਸੀ ਤਾਂ ਹੁਣ ਤੱਕ ਉਹ ਘੱਟਦੀ ਜਾ ਰਹੀ ਹੈ ਵਿਦ ਟਾਈਮ ਵੈਸੇ ਜਿਹੜੇ ਜਦੋਂ ਅਸੀਂ ਆਏ ਸੀ ਸਾਡੇ ਬੱਚੇ ਤਾਂ ਬੋਲਦੇ ਆ ਹਾਂਜੀ ਪੰਜਾਬੀ ਬੋਲਦੇ ਆ ਲੇਕਿਨ ਜਿਹੜੇ ਹੋਣ ਵਾਲੇ ਬੱਚੇ ਮੈਂ ਦੇਖੇ ਆ ਜਿੰਨੇ ਕੁ ਜਿਹੜੇ ਅੱਗੇ ਬੱਚੇ ਆ ਉਹ ਪੰਜਾਬੀ ਨਹੀਂ ਬੋਲ ਰਹੇ ਕਿਤੇ ਨਾ ਕਿਤੇ ਉਹ ਘੱਟਦੀ ਜਾ ਰਹੀ ਹੈ ਇਸ ਕਰਕੇ ਜਾ ਰਹੀ ਹੈ ਜਿਸ ਤਰ੍ਹਾਂ ਮੈਂ ਕਿਹਾ ਕਿ ਜਿਹੜੀ ਯੰਗ ਸੈਕਿੰਡ ਜਨਰੇਸ਼ਨ ਆਈ ਹੈ ਨਾ ਉਹ ਆਪਸ ਵਿੱਚ ਨਹੀਂ ਬੋਲ ਰਹੇ ਹਸਬੈਂਡ ਵਾਈਫ ਨਹੀਂ ਬੋਲ ਰਹੇ ਬੱਚਿਆਂ ਨਾਲ ਤਾਂ ਉਹ ਬਿਲਕੁਲ ਨਹੀਂ ਬੋਲ ਰਹੇ ਕਿਉਂਕਿ ਜਿਹੜੇ ਪਹਿਲਾਂ ਦੇ ਤੁਸੀਂ ਹੁਣ ਵੀ ਦੇਖੋ ਜਿਹੜੀਆਂ ਲੇਟ ਆਈਆਂ ਨਾ ਫੈਮਲੀਜ਼ ਇੰਡੀਆ ਤੋਂ ਆਈਆਂ ਉਹਨਾਂ ਦੇ ਬੱਚੇ ਫਿਰ ਵੀ ਪੰਜਾਬੀ ਬੋਲ ਰਹੇ ਹਾਂਜੀ ਜਿਹੜੇ ਬੱਚੇ ਤਾਂ ਕੀ ਕਹਿੰਦੇ ਆ ਥੋੜਾ ਟਾਈਮ ਸਪੈਂਡ ਇੰਡੀਆ 'ਚ ਕਰਕੇ ਆਏ ਹਾਂਜੀ ਫਿਰ ਵੀ ਉਹਨਾਂ ਨੂੰ ਅੰਡਰਸਟੈਂਡਿੰਗ ਹੈ ਇਸ ਲੈਂਗੁਏਜ ਦੀ ਪਰ ਜਿਹੜੇ ਬੱਚੇ ਕੀ ਕਹਿੰਦੇ ਆ ਇੱਥੇ ਦੇ ਬੋਰਨ ਬ੍ਰੈਡ ਹੈਗੇ ਆ ਹਾਂਜੀ ਉਹ ਨਹੀਂ ਇੰਨਾ ਕੀ ਕਹਿੰਦੇ ਕਮਿਊਨੀਕੇਟ ਕਰ ਪਾਉਂਦੇ ਕਮਿਊਨੀਕੇਟ ਦੀ ਉਹਦੀ ਮੁਸ਼ਕਲ ਇਹ ਵੀ ਹੈਗੀ ਆ ਕਿਉਂਕਿ ਅਗਰ ਅਸੀਂ ਬੋਲੀ ਜਾਈਏ ਅਸੀਂ ਕਹਿੰਦੇ ਬੱਚਾ ਸਮਝ ਨਹੀਂ ਰਿਹਾ ਅਗਰ ਅਸੀਂ ਬੋਲੀ ਜਾਵਾਂਗੇ ਕੁਛ ਨਾ ਕੁਛ ਬੱਚੇ 'ਤੇ ਇਫੈਕਟ ਹੋ ਗਿਆ ਉਹਦੇ ਵਿੱਚ ਇਹ ਬਹੁਤ ਹੁੰਦਾ ਜਦੋਂ ਬੱਚੇ ਸਭ ਆਪਾਂ ਇੰਡੀਆ ਜਾਂਦੇ ਹਾਂ ਜਿਹੜੇ ਬਜ਼ੁਰਗ ਹੁੰਦੇ ਆ ਜਿਸ ਤਰ੍ਹਾਂ ਕਿ ਸਾਡੇ ਕਾਲਜ ਪਹਿਲਾਂ ਵੀ ਕਹਿੰਦੇ ਸੀਗੇ ਉਹ ਜਿਹੜੇ ਆਪਣੇ ਗ੍ਰੈਂਡ ਪੇਰੈਂਟਸ ਜਾਂ ਜਿਹੜੇ ਪਰਮਿੰਦਰ ਜੀ ਕੀ ਕਹਿੰਦੇ ਟਾਈਮ ਬਹੁਤ ਥੋੜ੍ਹਾ ਰਹਿ ਗਿਆ ਕੁਇਕਲੀ ਤੁਸੀਂ ਵੀਅਰਸ ਨੂੰ ਕੀ ਕਹਿਣਾ ਚਾਹੋਗੇ ਇਹੀ ਕਹਿਣਾ ਚਾਹਾਂਗੇ ਕਿ ਜਿੰਨਾ ਵੀ ਹੋ ਸਕੇ ਜਦੋਂ ਕਿ ਬੱਚਾ ਛੋਟਾ ਹੁੰਦਾ ਉਸ ਤੋਂ ਉਦੋਂ ਤੋਂ ਹੀ ਪੰਜਾਬੀ ਬੋਲਣੀ ਚਾਹੀ ਬੱਚਾ ਸਮਝ ਨਹੀਂ ਰਿਹਾ ਇੱਕ ਇੱਕ ਲਫ਼ਜ਼ ਸਮਝ ਕੇ ਬਹੁਤ ਵਧੀਆ ਪੰਜਾਬੀ ਬੋਲੂਗਾ ਮੈਂ ਤਾਂ ਇਹੀ ਕਹਿੰਦੀ ਹਾਂ ਕਿ ਅਸੀਂ ਵੀ ਬੱਚਿਆਂ ਨੂੰ ਇਸ ਤਰ੍ਹਾਂ ਸਿਖਾਈ ਤੇ ਮੈਂ ਆਪਣੇ ਵਿਊਅਰਸ ਨੂੰ ਕੀ ਕਹਿੰਦੇ ਐਡ ਆਨ ਕਰਾਂਗੀ ਕਿ ਅੱਜ ਸ਼ਾਇਦ ਕਾਫੀ ਵਿਊਅਰਸ ਨੂੰ ਅਸੀਂ ਕੀ ਕਹਿੰਦੇ ਹੈ ਜਿੱਦਾਂ ਇਹ ਪ੍ਰੋਗਰਾਮ ਸੋਚ ਹੈਗਾ ਡਿਫਰੈਂਸ ਆਫ ਓਪੀਨੀਅਨਸ ਹਮੇਸ਼ਾ ਰਹਿਣਗੇ ਹਰ ਇੱਕ ਦੀ ਸੋਚ ਆਪਣੀ ਆਪਣੀ ਹੈ ਇਸ ਲਈ ਇਹ ਪਲੈਟਫਾਰਮ ਹੈਗਾ ਸੋਚ ਦਾ ਹਰ ਕੋਈ ਆਪਣੀ ਸੋਚ ਲੈ ਕੇ ਆ ਰਿਹਾ ਹੈ ਐਂਡ ਪਲੀਜ਼ ਜੁਆਇਨ ਅਸ ਐਵਰੀ ਵੀਕ ਔਨ ਆ ਪ੍ਰੋਗਰਾਮ ਸੋਚ
थैंक यू सो मच फॉर ज्वाइनिंग अस।